ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਜੀ ਪ੍ਰੋਗਰਾਮ ਖਬਰ ਅਤੇ ਨਜ਼ਰ ਖਬਰ ਅਤੇ ਨਜ਼ਰ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸੂਰੀਆ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਤੇ ਜੀ ਸਭ ਤੋਂ ਪਹਿਲੀ ਆਪਾਂ ਖਬਰ ਕਰਦੇ ਹਾਂ ਜੀ ਜਿਹੜੀ ਭਾਰਤ ਸਰਕਾਰ ਦੀ ਆ ਅਤੇ ਇਸ ਦੇ ਵਿੱਚ ਜਿਹੜਾ ਬੜਾ ਕੁਛ ਚੱਲ ਰਿਹਾ ਆ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜਿਹੜੀ ਜੰਗ ਚੱਲੀ ਹੋਈ ਆ ਜੀ ਸ਼ਬਦੀ ਜੰਗ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਆ ਬਿਲਕੁਲ ਜੀ ਹੁਣ ਜੰਗ ਹੈ ਜਿਹੜੀ ਦੂਜੀ ਜੰਗ ਉਹਦੀ ਸੰਭਾਵਨਾ ਘਟਦੀ ਜਾਂਦੀ ਹੈ ਉਹ ਬਿਲਕੁਲ ਕਹਿ ਲਈਏ ਕਿ ਉਹ ਜੰਗ ਜਿਵੇਂ ਅੱਗੇ ਤਾਹ ਖਾਈ ਜਾਂਦੀ ਸੀਗੀ ਦੋਵੇਂ ਪਾਸਿਓਂ ਉਹ ਥੋੜ੍ਹੀ ਜਿਹੀ ਸ਼ਾਂਤ ਹੋਈ ਹੈ ਪਰ ਹੁਣ ਸ਼ਬਦੀ ਜੰਗ ਦਾ ਮਾਹੌਲ ਆ ਖਾਸ ਤੌਰ 'ਤੇ ਜਿਹੜੇ ਸਾਡੇ ਟੈਲੀਵਿਜ਼ਨ ਵਾਲੇ ਸਟੂਡੀਓ ਆ ਉਹਨਾਂ ਦੇ ਵਿੱਚ ਜਿਹੜੀ ਇੱਕ ਜੰਗ ਚੱਲਦੀ ਸੀ ਉਹ ਉੱਥੇ ਬੈਠੇ ਐਂਕਰ ਏ ਸੀ ਖੁੱਡਿਆਂ ਦੇ ਵਿੱਚ ਹੀ ਉਹ ਜਵਾਨ ਤੋਂ ਐਟਮੀ ਮਿਜ਼ਾਈਲਾਂ ਚਲਾਈ ਜਾਂਦੇ ਸਨ ਉਹ ਵੀ ਥੋੜ੍ਹੇ ਜਿਹੇ ਸ਼ਾਂਤ ਹੋਇਆ ਪਰ ਕੂਟਨੀਤਿਕ ਜੰਗ ਆ ਜਿਹੜੀ ਉਹ ਸਿਖਰ ਤੇ ਪਹੁੰਚ ਗਈ ਆ ਪਹਿਲਾਂ ਭਾਰਤ ਨੇ UN ਦੇ ਵਿੱਚੋਂ ਖਾਸ ਤੌਰ 'ਤੇ ਜਿਸ ਤਰ੍ਹਾਂ ਨਵਾਜ਼ ਸ਼ਰੀਫ ਨੇ ਸ਼ਰਾਫਤ ਵਿਖਾਈ ਸੀ ਉਹਦਾ ਕਾਊਂਟਰ ਕੀਤਾ ਬੀਬੀ NM ਗੰਭੀਰ ਨੇ ਬਾਅਦ ਦੇ ਵਿੱਚ ਸੁਸ਼ਮਾ ਸਵਰਾਜ ਨੇ 26 ਤਰੀਕ ਨੂੰ ਉੱਥੇ ਜਾ ਕੇ ਭਾਸ਼ਣ ਕੀਤਾ ਉਸ ਤੋਂ ਬਾਅਦ ਪਾਕਿਸਤਾਨੀ ਮੀਡੀਆ ਨੇ ਸੁਸ਼ਮਾ ਸਵਰਾਜ ਦੇ ਜਿੱਥੋਂ ਤੱਕ ਭਾਸ਼ਣ ਦੇ ਮਾਮਲੇ 'ਚ ਗੱਲਾਂ ਕੀਤੀਆਂ ਨੇ ਉਹ ਤੇ ਇਹੋ ਹੀ ਕਿਹਾ ਜਿਵੇਂ ਆਮ ਤੌਰ 'ਤੇ ਦੋਵੇਂ ਰਵਾਇਤੀ ਜਿਹੜੇ ਮੁਕਾਬਲੇਬਾਜ਼ ਕਹਿ ਸਕਦੇ ਰਵਾਇਤੀ ਵਿਰੋਧੀ ਕਹਿ ਸਕਦੇ ਆ ਜਿਵੇਂ ਉਹਨਾਂ ਦਾ ਮੀਡੀਆ ਤਾਰੋ ਪਾਰ ਉਧਰੋਂ ਉਹ ਕਰਦਾ ਇਧਰੋਂ ਇਹ ਕਰਦੇ ਆ ਉਵੇਂ ਉਹਨਾਂ ਨੇ ਮਜ਼ਾਕ ਜਿਹਾ ਉਡਾਇਆ ਕਿ ਬਹੁਤ ਝੂਠ ਬੋਲਿਆ ਸੁਸ਼ਮਾ ਸਵਰਾਜ ਨੇ ਪਰ ਇੱਕ ਚੀਜ਼ ਜਿਹੜੀ ਹੈ ਉਹ ਭਾਰਤ ਦੇ ਹੱਕ 'ਚ ਹੈ ਕਿ ਉੱਥੋਂ ਦਾ ਜਿਹੜਾ ਥੋੜ੍ਹਾ ਨਿਰਪੱਖ ਮੀਡੀਆ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹਨੇ ਇਹ ਗੱਲ ਕਹੀ ਹੈ ਕਿ ਨਵਾਜ਼ ਸ਼ਰੀਫ ਹੈ ਜਿਹੜਾ ਆਪਣੀ ਗੱਲ ਕਹਿਣ ਦੇ ਵਿੱਚ ਅਸਫਲ ਰਿਹਾ ਉੱਥੇ ਉਹਦਾ ਕਾਰਨ ਇਹ ਸੀਗਾ ਕਿ ਬੀਬੀ ਸੁਸ਼ਮਾ ਸਵਰਾਜ ਨੇ ਜਿਹੜਾ ਭਾਸ਼ਣ ਕੀਤਾ ਉਹ ਨਰੋਲ ਹਿੰਦੀ ਭਾਸ਼ਾ 'ਚ ਕੀਤਾ ਜਿਹਨੂੰ ਮੇਰੇ ਖਿਆਲ ਦੇ ਨਾਲ 1 ਅਰਬ ਲੋਕਾਂ ਨੇ ਸੁਣਿਆ ਪਰ ਨਵਾਜ਼ ਸ਼ਰੀਫ ਪਹਿਲੀ ਪਟਕਣੀ ਇੱਥੇ ਖਾ ਗਿਆ ਕਿ ਉਹਦਾ ਭਾਸ਼ਣ ਜਿਹੜਾ ਅੰਗਰੇਜ਼ੀ 'ਚ ਸੀ ਬਹੁਤ ਮੀਡੀਆ ਨੇ ਉਹਨੂੰ ਕ੍ਰਿਟੀਸਾਈਜ਼ ਕੀਤਾ ਕਿ ਗੱਲ ਕਹਿਣ ਦਾ ਉਹਦਾ ਢੰਗ ਵੀ ਜਿਹੜਾ ਉਹ ਪੂਰਾ ਖੁੱਲ੍ਹਾ ਨਹੀਂ ਸੀ ਖਾਸ ਤੌਰ 'ਤੇ ਜਿਵੇਂ ਉਹ ਕਹਿੰਦੇ ਕਿ ਬੀਬੀ ਸੁਸ਼ਮਾ ਸਵਰਾਜ ਬਲੋਚਿਸਤਾਨ ਦੇ ਮਾਮਲੇ 'ਚ ਗੱਲ ਸਪਸ਼ਟ ਕਰ ਗਈ ਨਵਾਜ਼ ਸ਼ਰੀਫ ਹੈ ਜਿਹੜੇ ਗੱਲ ਸਪਸ਼ਟ ਨਹੀਂ ਕਰ ਸਕਿਆ ਨਾ ਕਸ਼ਮੀਰ ਮਾਮਲੇ 'ਤੇ ਨਾ ਬਲੋਚਿਸਤਾਨ ਦੇ ਮਾਮਲੇ 'ਚ ਦੂਜੇ ਪਾਸੇ 'ਚ ਇੱਧਰ ਆਈਏ ਵਾਗਿਓ ਪਾਰ ਉਰਲੇ ਪਾਸੇ ਆ ਜਾਈਏ ਇੱਧਰ ਅੱਜ ਕੱਲ੍ਹ ਸਿੰਧੂ ਜਲ ਸਮਝੌਤਾ ਤੋੜਨ ਦੀ ਜਿਹੜੀ ਪਹਿਲੀ ਕਵਾਇਤ ਚੱਲਦੀ ਪਈ ਸੀ ਹੁਣ ਉਹਨੂੰ ਹੈਂਡ ਬ੍ਰੇਕ ਲਾ ਦਿੱਤੀ ਇਹਨਾਂ ਨੇ ਕਿਉਂਕਿ ਉਹਦਾ ਕੱਲ ਬਹੁਤ ਗੂੜਾ ਗਹੀਨ ਮੰਥਨ ਕੀਤਾ ਸੀ ਇਹਨਾਂ ਨੇ ਕਿ ਕੀ ਇਹ ਜਲ ਸਮਝੌਤਾ ਤੋੜਿਆ ਜਾ ਸਕਦਾ ਹੈ ਤੇ ਜਿਹੜੇ ਜਲ ਸਮਝੌਤਿਆਂ ਦੇ ਮਾਹਰ ਆ ਉਹਨਾਂ ਨੇ ਇਹ ਰਾਏ ਦਿੱਤੀ ਸੀ ਕਿ ਇਹ ਮੁਮਕਿਨ ਵੀ ਨਹੀਂ ਹੈ ਤੇ ਦੂਜਾ ਇਹ ਹਿੱਤਕਾਰੀ ਵੀ ਨਹੀਂ ਹੈ ਇਸ ਕਰਕੇ ਅੱਜ ਨਵਾਂ ਪੈਂਤੜਾ ਭਾਰਤ ਦਾ ਜਿਹੜਾ ਉਹ ਸਾਹਮਣੇ ਆਇਆ ਕਿ ਇਹਨਾਂ ਨੇ 1996 ਦੇ ਵਿੱਚ ਪਾਕਿਸਤਾਨ ਨੂੰ ਮੋਸਟ ਫੇਵਰਟ ਨੇਸ਼ਨ ਦਾ ਜਿਹੜਾ ਦਰਜਾ ਦਿੱਤਾ ਸੀ ਉਹ ਕਹਿੰਦੇ ਕਿ ਅਸੀਂ ਹੁਣ ਉਹਨੂੰ ਰੱਦ ਕਰਾਂਗੇ ਉਹਦਾ ਅਸਰ ਭਾਰਤ 'ਤੇ ਥੋੜ੍ਹਾ ਪੈ ਸਕਦਾ ਪਾਕਿਸਤਾਨ 'ਤੇ ਵਧੇਰੇ ਪੈ ਸਕਦਾ ਇਸ ਕਰਕੇ ਹੁਣ ਉਧਰਲੇ ਪਾਸੇ ਨਜ਼ਰਾਂ ਜਿਹੜੀਆਂ ਨੇ ਉਹ ਲੱਗੀਆਂ ਦੂਜੇ ਪਾਸੇ ਜੇ ਗੱਲ ਕਰੀਏ ਅੱਜ ਇਹਨਾਂ ਨੇ ਜਿਹੜਾ ਪਾਕਿਸਤਾਨੀ ਰਾਜਦੂਤ ਹੈ ਇੱਥੇ ਸਾਡੇ ਭਾਰਤ ਦੇ ਵਿੱਚ ਉਹਨੂੰ ਵੀ ਤਲਬ ਕੀਤਾ ਅਤੇ ਨਾਲ ਸਬੂਤ ਹੈ ਜਿਹੜੇ ਕੁਛ ਉਹ ਵੀ ਦਿੱਤੇ ਆ ਕਿ ਭਾਈ ਆਹ ਜਿਹੜੇ ਉੜੀ ਦੇ ਵਿੱਚ ਸਬੂਤ ਜਿਹੜੇ ਮਿਲੇ ਆ ਤੁਹਾਡੇ ਵੱਲ ਇਸ਼ਾਰਾ ਕਰਦੇ ਆ ਇਸ ਕਰਕੇ ਉਸ ਰਾਜਦੂਤ ਨੂੰ ਵੀ ਕਿਰਾਨਾ ਨੇ ਪਾਇਆ ਸੋ ਚਾਰ ਚੁਫੇਰੇ ਜਿਹੜੀਆਂ ਇਹ ਹੋ ਰਹੀਆਂ ਕੂਟਨੀਤਿਕ ਲੜਾਈਆਂ ਉਹਦੇ ਵਿੱਚੋਂ ਹੁਣ ਪਤਾ ਨਹੀਂ ਕਿ ਅੱਗੇ ਚੱਲ ਕੇ ਕੀ ਅਖਤਿਆਰ ਹੋਏਗਾ ਰੁੱਖ ਕਿਹੜੇ ਦੇਸ਼ ਦਾ ਕੀ ਹੋਏਗਾ ਪਰ ਹਾਲ ਦੀ ਘੜੀ ਇਹ ਜਿਹੜੀ ਕੂਟਨੀਤੀ ਹੈ ਕੂਟਨੀਤੀ ਦੀ ਲੜਾਈ ਹੈ ਇਸ ਲੜਾਈ ਦੇ ਵਿੱਚੋਂ ਜਿਹੜਾ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਆਓ ਆਪਾਂ ਯੁੱਧ ਤੇ ਕਰੀਏ ਪਰ ਉਹ ਯੁੱਧ ਹੈ ਜਿਹੜਾ ਉਹ ਹਾਲੇ ਸ਼ੁਰੂ ਨਹੀਂ ਹੋ ਸਕਿਆ ਜਿਵੇਂ ਮੋਦੀ ਨੇ ਕਿਹਾ ਸੀ ਕਿ ਆਪਾਂ ਗਰੀਬੀ ਦੇ ਖਿਲਾਫ ਯੁੱਧ ਕਰੀਏ ਸੋ ਦੋਵੇਂ ਮੁਲਕ ਕੂਟਨੀਤੀ ਦੀ ਉਲਝਣ ਦੇ ਵਿੱਚ ਤੇ ਉਲਝੇ ਹੋਏ ਆ ਪਰ ਜੋ ਚੀਜ਼ ਉੱਥੇ ਨਰਿੰਦਰ ਮੋਦੀ ਨੇ ਕਹੀ ਸੀ ਉਹ ਇਹਨਾਂ ਨੂੰ ਕਰ ਲੈਣੀ ਚਾਹੀਦੀ ਹੈ ਉਹ ਲੜਾਈ ਲੜ ਲੈਣੀ ਚਾਹੀਦੀ ਹੈ ਕਿਉਂਕਿ ਵਿਸ਼ਵ ਦੀ ਜਿੰਨੀ ਆਬਾਦੀ ਹੈ ਉਹਦਾ ਚੌਥਾ ਹਿੱਸਾ ਇਸ ਉਪ ਮਹਾਂਦੀਪ ਦੇ ਵਿੱਚ ਸਮਾਇਆ ਹੋਇਆ ਤੇ ਜਿਹੜੇ ਭੁੱਖੇ ਨੰਗੇ ਲੋਕ ਆ ਉਹ ਵੀ ਚੌਥਾ ਹਿੱਸਾ ਇੱਥੇ ਰਹਿੰਦੇ ਆ ਸੋ ਐਟਮੀ ਹਥਿਆਰ ਤੇ ਜਿਹੜੀ ਫੌਜ ਹੈ ਐਡੀ ਉਹ ਸ਼ਾਇਦ ਉਹਨਾਂ ਦੀ ਹਿਫਾਜ਼ਤ ਲਈ ਰੱਖੀ ਹੈ ਕਿ ਕਿਤੋਂ ਕੋਈ ਚੁੱਕ ਕੇ ਨਾ ਲੈ ਜਾਵੇ ਸੋ ਇਹਨਾਂ ਦੋਨਾਂ ਦੇਸ਼ਾਂ ਦਾ ਹਾਲ ਇਹ ਹੈ ਕਿ ਜਿਹੜੀਆਂ ਟੌਪ ਦੀਆਂ
150 ਯੂਨੀਵਰਸਿਟੀਆਂ ਵਿਸ਼ਵ ਦੀਆਂ, ਉਹਦੇ 'ਚ ਇਹਨਾਂ ਦੀ ਇੱਕ ਵੀ ਨਹੀਂ ਹੈ ਇਸ ਸਮੇਂ, ਜੇ ਯੂਨੀਵਰਸਿਟੀਆਂ ਦੀ ਗੱਲ ਕਰੀਏ। ਸੋ ਪੜ੍ਹਾਈ ਦੇ ਮਾਮਲੇ 'ਚ, ਕੁਪੋਸ਼ਣ ਦੇ ਮਾਮਲੇ 'ਚ, ਬੇਰੁਜ਼ਗਾਰੀ ਦੇ ਮਾਮਲੇ 'ਚ ਇਹਨਾਂ ਦਾ ਹਾਲ ਇਹ ਆ ਕਿ ਨੁਕਤਾ ਸਾਂਝਾ ਹੀ ਹੈ ਕਿ ਨਫ਼ਰਤ ਦੀ ਗੱਲ ਕਰੋ, ਜੰਗ ਦੀ ਗੱਲ ਕਰੋ, ਹਥਿਆਰਾਂ ਦੀ ਗੱਲ ਕਰੋ, ਪਰ ਨੌਕਰੀ ਦੀ ਗੱਲ ਨਾ ਕਰੋ। ਇਹ ਵੀ ਜਾ ਕਿਹਾ ਜਾਂਦਾ ਕਿ ਦੂਧ ਮੰਗੋਗੇ ਤਾਂ ਖੀਰ ਦੇਂਗੇ, ਪੜ੍ਹਾਈ ਮੰਗੋਗੇ ਤਾਂ ਚੀਰ ਦੇਂਗੇ। ਸੋ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਆ। ਕੂਟਨੀਤੀ, ਬੰਦੂਕ ਨੀਤੀ ਇਹ ਬਹੁਤ ਹੋ ਗਈ, ਪਰ ਇਹ ਜਿਹੜੀ ਜੰਗ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਇਹ ਜੰਗ ਸਾਨੂੰ ਲੜ ਲੈਣੀ ਚਾਹੀਦੀ ਹੈ, ਮੇਰੇ ਖਿਆਲ ਦੇ ਨਾਲ ਇਹ ਜੰਗ ਸ਼ੁਰੂ ਹੋ ਜਾਣੀ ਚਾਹੀਦੀ ਹੈ। ਜੀ ਜੀ। ਅਤੇ ਅੱਗੇ ਆਪਾਂ ਜਸਟਿਸ ਕਾਟਜੂ ਦੀ ਗੱਲ ਕਰੀਏ ਕਿ ਉਹਨਾਂ ਨੇ ਇੱਕ ਸਟੇਟਸ ਪਾਇਆ ਸੀ ਫੇਸਬੁੱਕ ਤੇ, ਤੇ ਉਸਨੇ ਤਰਥੱਲੀ ਮਚਾ ਦਿੱਤੀ, ਤਾਂ ਬਾਅਦ ਵਿੱਚ ਉਹਨਾਂ ਕਿਹਾ ਇਹ ਤਾਂ ਇੱਕ ਮਜ਼ਾਕ ਸੀ। ਜਸਟਿਸ ਕਾਟਜੂ ਬੜੇ ਵੱਡੇ ਵੱਡੇ ਅਹੁਦਿਆਂ ਤੇ ਰਹਿ ਕੇ ਆਏ ਆ ਜੀ, ਸੁਪਰੀਮ ਕੋਰਟ ਦੇ ਜਸਟਿਸ ਵੀ ਸਨ, ਉਸ ਤੋਂ ਬਾਅਦ ਪ੍ਰੈਸ ਕੌਂਸਲ ਆਫ ਇੰਡੀਆ ਦੇ ਮੁਖੀ ਰਹੇ, ਬਹੁਤ ਉੱਚ ਅਹੁਦਿਆਂ ਤੇ ਰਹਿ ਕੇ, ਬੜੇ ਕਹਿ ਲਈਏ ਕਿ ਸੁਲਝੇ ਇਨਸਾਨ ਦੇ ਤੌਰ ਤੇ ਵਿਚਰ ਕੇ ਜਦੋਂ ਦੇ ਰਿਟਾਇਰ ਹੋਇਆ, ਉਦੋਂ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਹ ਆਡਾ ਲਾਈ ਰੱਖਦੇ, ਕਦੇ ਕਿਸੇ ਨਾਲ, ਕਦੇ ਕਿਸੇ ਨਾਲ। ਆ ਕੁਛ ਦਿਨ ਪਹਿਲਾਂ ਅਮਿਤਾਭ ਬੱਚਨ ਦੇ ਨਾਲ ਸਿੰਘ ਫਸਾਈ ਬੈਠੇ ਸਨ, ਉਹਨੂੰ ਕਹਿੰਦੇ ਕਿ ਤੂੰ ਦਿਮਾਗ ਤੋਂ ਖਾਲੀ ਆ। ਹੁਣ ਪਤਾ ਨੀ ਦਿਮਾਗ ਤੋਂ ਉਹ ਭਰਿਆ ਕਿਵੇਂ ਦਾ ਬੰਦਾ ਹੁੰਦਾ, ਉਹ ਕਹਿੰਦੇ ਜੀ ਦਿਮਾਗ ਤੋਂ ਖਾਲੀ। ਅਮਿਤਾਭ ਬੱਚਨ ਹੈ ਜਿਹੜਾ, ਉਹ ਸਿਰੇ ਦਾ ਐਕਟਰ ਆ, ਸਿਰੇ ਦਾ ਐਕਟਰ, ਉਹ ਫਿਲਮਾਂ ਚ ਵੀ ਆ ਤੇ ਨਿੱਜੀ ਜ਼ਿੰਦਗੀ ਚ ਆ, ਇਹਦੇ ਚ ਕੋਈ ਸ਼ੱਕ ਨੀ। ਪਰ ਇਸ ਤਰ੍ਹਾਂ ਸਿੱਧੇ ਤੌਰ ਤੇ ਕਿਸੇ ਦੇ ਨਾਲ ਸਿੰਘ ਫਸਾ ਬਹਿਣਾ ਚੰਗੀ ਗੱਲ ਨਹੀਂ ਆ। ਇਸ ਤੋਂ ਪਹਿਲਾਂ ਵੀ ਜਸਟਿਸ ਕਾਟਜੂ ਹੈ ਜਿਹੜਾ, ਉਹ ਕਈ ਮਾਮਲਿਆਂ 'ਚ ਵਿਵਾਦਤ ਟਿੱਪਣੀਆਂ ਜਿਹੜੀਆਂ ਕਰ ਚੁੱਕਿਆ। ਇੱਕ ਵਾਰੀ ਇਹਨੇ ਆਖ ਦਿੱਤਾ ਸੀ ਭਾਰਤ ਦੀ 90% ਆਬਾਦੀ ਜਿਹੜੀ ਬੇਵਕੂਫ ਆ, ਬਸ ਕੁਛ ਕੁ ਉਹਨੂੰ ਛੱਡ ਕੇ, ਕਹਿੰਦਾ ਜੀ 90% ਜਿਹੜੇ ਭਾਰਤ ਵਾਸੀ ਆ ਉਹ ਬੇਵਕੂਫ ਆ। ਹੁਣ ਇਹਨੇ ਇੱਕ ਨਵਾਂ ਸਿਆਪਾ ਪਾ ਦਿੱਤਾ, ਕੱਲ ਇਹਨੇ ਪੋਸਟ ਪਾ ਦਿੱਤੀ ਜੀ ਕਿ ਜੇ ਪਾਕਿਸਤਾਨੀਆਂ ਨੂੰ ਕਹਿੰਦੇ ਕਿ ਜੇਕਰ ਤੁਸੀਂ ਕਸ਼ਮੀਰ ਲੈਣਾ ਹੈ ਤੇ ਕਸ਼ਮੀਰ ਤੁਹਾਨੂੰ ਇਕੱਲਾ ਨਹੀਂ ਮਿਲੇਗਾ, ਨਾਲ ਤੁਹਾਨੂੰ ਬਿਹਾਰ ਲੈਣਾ ਪੈਣਾ, ਜੇ ਮਨਜ਼ੂਰ ਹੈ ਡੀਲ ਤੇ ਆ ਜਾਓ ਆਪਾਂ ਗੱਲਬਾਤ ਕਰ ਲੈਂਦੇ ਹਾਂ, ਇਹ ਵੇਲਾ। ਨਾਲ ਉਹਨੇ ਇਹ ਵੀ ਆਖ ਦਿੱਤਾ ਕਿ ਜਦੋਂ ਆਗਰਾ ਵਾਰਤਾ ਹੋਈ ਸੀ ਵਾਜਪੇਈ ਸਰਕਾਰ ਵੇਲੇ, ਉਦੋਂ ਵੀ ਅਸੀਂ ਇਹ ਪੇਸ਼ਕਸ਼ ਕੀਤੀ ਸੀ, ਪਰ ਤੁਹਾਡੇ ਮੂਰਖ ਪਰਵੇਜ਼ ਮੁਸ਼ਰਫ ਨੇ ਇਹ ਡੀਲ ਹੈ ਜਿਹੜੀ ਠੁਕਰਾ ਦਿੱਤੀ ਸੀ। ਸੋ ਇਹ ਉਸ ਵੇਲੇ ਸਟੇਟਸ ਆਇਆ ਜਦੋਂ ਤੁਹਾਨੂੰ ਪਤਾ ਕਿ ਦੋਨਾਂ ਮੁਲਕਾਂ ਦੇ ਵਿੱਚ ਤਲਖੀ ਹੈ ਜਿਹੜੀ ਉਜੋਬਣ ਤੇ ਆ, ਇਸ ਕਰਕੇ ਉੱਥੇ ਫਿਰ ਬੜਾ ਵਿਰੋਧ ਹੋਇਆ। ਸੋਸ਼ਲ ਮੀਡੀਆ ਤੋਂ ਗੱਲ ਮੀਡੀਆ ਤੇ ਆ ਗਈ, ਮੀਡੀਆ ਤੋਂ ਗੱਲ ਹੈ ਜਿਹੜੀ ਉਹ ਸਿਆਸੀ ਗਲਿਆਰਿਆਂ ਤੱਕ ਪਹੁੰਚ ਗਈ। ਕਾਟਜੂ ਸਾਹਿਬ ਦਾ ਬਹੁਤ ਵੱਡਾ ਵਿਰੋਧ ਹੋਇਆ, ਅਖੀਰ ਫਿਰ ਉਹ ਇਹ ਤੇ ਮੰਨ ਗਏ ਕਿ ਜੀ ਮੈਂ ਮਜ਼ਾਕ ਕਰਦਾ ਸੀ, ਪਰ ਉਹਨਾਂ ਨੇ ਮਾਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਕਿ ਮੈਂ ਮਾਫ਼ੀ ਨਹੀਂ ਮੰਗਣੀ। ਚਲੋ ਇਹ ਉਹਦੀ ਮਰਜ਼ੀ ਹੈ, ਕਾਟਜੂ ਸਾਹਿਬ ਦੀ ਮਰਜ਼ੀ ਹੈ, ਪਰ ਜਿਸ ਸਮੇਂ ਇਹ ਪੋਸਟ ਪਾਇਆ ਗਿਆ, ਜਿਸ ਤਰੀਕੇ ਦੇ ਨਾਲ ਬਿਹਾਰ ਦਾ ਮਜ਼ਾਕ ਉਡਾਇਆ ਗਿਆ, ਇਹ ਚੰਗੀ ਗੱਲ ਨਹੀਂ। ਖਾਸ ਤੌਰ ਤੇ ਮਾਰਕੰਡੇ ਕਾਟਜੂ ਵਰਗੇ ਇਨਸਾਨ ਲਈ ਤੇ ਕਤਈ ਨਹੀਂ, ਕਿਉਂਕਿ ਜੋ ਉੜੀ ਹਮਲਾ ਹੋਇਆ ਉਹਦੇ ਵਿੱਚ ਵੀ ਜਿਹੜੇ ਬਿਹਾਰ ਦੇ ਜਵਾਨ ਸਨ ਕਈ ਮਾਰੇ ਗਏ, ਉਹਨਾਂ ਦੇ ਟੱਬਰਾਂ ਬਾਰੇ ਸੋਚ ਲੈਣਾ ਚਾਹੀਦਾ ਸੀ ਕਿ ਕਿਸ ਮੌਕੇ ਪੋਸਟ ਪਾਇਆ ਜਾਣਾ ਚਾਹੀਦਾ, ਕਿਸ ਮੌਕੇ ਇਹਨੂੰ ਪਿਛਾਂ ਲੈ ਲੈਣਾ ਚਾਹੀਦਾ, ਪਰ ਫਿਰ ਵੀ ਕਾਟਜੂ ਸਾਹਿਬ ਨੇ ਇਹਨਾਂ ਚੀਜ਼ਾਂ ਨੂੰ ਸੋਚਿਆ ਨਹੀਂ। ਦੂਜੀ ਗੱਲ ਹੈ ਜਿਹੜੀ ਕਿ ਬਿਹਾਰ ਨੂੰ ਉਹ ਇਸ ਤਰ੍ਹਾਂ ਇਸ ਨੁਕਤੇ ਨਿਗਾਹ ਨਾਲ ਦੇਖਦੇ ਆ, ਉਹ ਮੇਰੇ ਖਿਆਲ ਦੇ ਨਾਲ ਚੰਗੀ ਗੱਲ ਨਹੀਂ, ਕਿਉਂਕਿ ਸ਼ਾਇਦ ਉਹ ਜਾਣਦੇ ਨਹੀਂ ਇਹ ਉਹੀ ਧਰਤੀ ਹੈ ਜਿੱਥੇ ਸਮਰਾਟ ਅਸ਼ੋਕ ਵੀ ਪੈਦਾ ਹੋਇਆ, ਜਿੱਥੇ ਆਰਿਆ ਭੱਟ ਵੀ ਪੈਦਾ ਹੋਇਆ, ਜਿੱਥੇ ਚਨਕਿਆ ਵੀ ਪੈਦਾ ਹੋਇਆ। ਇਸ ਤਰ੍ਹਾਂ ਬਿਹਾਰੀਆਂ ਦਾ ਮਜ਼ਾਕ ਕਾਟਜੂ ਸਾਹਿਬ ਨੂੰ ਨਹੀਂ ਉਡਾਉਣਾ ਚਾਹੀਦਾ। ਹਾਂਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ ਅਰਵਿੰਦ ਕੇਜਰੀਵਾਲ ਦਾ, ਇੱਕ ਹੋਰ ਮੰਤਰੀ ਸ਼ਿਕੰਜੇ 'ਚ ਆਇਆ ਹਵਾਲਾ ਦੇ ਲੈਣ ਦੇਣ ਦੇ ਦੋਸ਼ ਵਿੱਚ। ਸਤਿੰਦਰ ਜੈਨ ਇਸ ਵਾਰੀ ਫਸਿਆ ਹੈ। ਸਤਿੰਦਰ ਜੈਨ ਨੂੰ ਆਈਟੀ ਯਾਨੀ ਇਨਕਮ ਟੈਕਸ ਨੇ ਨੋਟਿਸ ਕੱਢਿਆ ਧਾਰਾ 131 ਦੇ ਵਿੱਚ। ਇਹ ਇਲਜ਼ਾਮ ਹੈ ਕਿ ਇਹਨੇ 3 ਕੰਪਨੀਆਂ, ਫਰਜ਼ੀ ਕੰਪਨੀਆਂ ਦੇ ਥਰੂ ਲੈਣ ਦੇਣ ਜਿਹੜਾ ਕੀਤਾ, ਹਵਾਲਾ ਰਕਮ ਦਾ 17 ਕਰੋੜ ਰੁਪਇਆ ਹਵਾਲੇ ਲੈਣ ਦੇਣ ਦਾ ਇਹਦੇ 'ਤੇ ਦੋਸ਼ ਲੱਗਾ। ਨੋਟਿਸ ਆਇਆ 4 ਅਕਤੂਬਰ ਨੂੰ, ਹੁਣ ਇਹਨੇ ਪੇਸ਼ ਹੋਣਾ। ਸਤਿੰਦਰ ਜੈਨ ਨੇ ਸਫਾਈ ਦਿੱਤੀ ਹੈ, ਉਹ ਕਹਿੰਦਾ ਜੀ ਕਿ ਮੈਂ ਇੱਕ ਗਵਾਹ ਦੇ ਤੌਰ 'ਤੇ ਪੇਸ਼ ਹੋਣ ਜਾ ਰਿਹਾ, ਨਾ ਕਿ ਵੈਸੇ ਇਲਜ਼ਾਮ ਦੇ ਤਹਿਤ, ਦੋਸ਼ ਦੇ ਤਹਿਤ ਮੈਂ ਤੇ ਇੱਕ ਵਿਟਨੈਸ ਹਾਂ। ਉਹਨਾਂ ਨੇ ਕਿਹਾ ਕਿ 2013 ਤੋਂ ਪਹਿਲਾਂ ਮੇਰਾ ਕੁਛ ਕੰਪਨੀਆਂ ਦੇ ਵਿੱਚ ਇਨਵੈਸਟ ਸੀ, ਪਰ ਜਦੋਂ ਦਾ ਮੈਂ ਰਾਜਨੀਤੀ 'ਚ ਆਇਆ ਮੇਰਾ ਇਹਨਾਂ ਕੰਪਨੀਆਂ ਦੇ ਨਾਲ ਕੋਈ ਲਾਗਾ ਦੇਗਾ ਨਹੀਂ। ਉੱਧਰ ਦੂਜੇ ਪਾਸੇ
अरविंद केजरीवाल होरां ने अधे घंटे दे विच ट्वीट भी ठोक दिता, कहिंदे जी मैं सारे कागज पत्र आ जिहड़े ਉਹ ਫਰੋਲ ਲਿਆ, ਕਾਗਜ਼ੀ ਪੱਤਰੀ ਦੇ ਵਿੱਚ ਕੁਛ ਵੀ ਕੋਈ ਇਤਰਾਜ਼ਯੋਗ ਨਹੀਂ ਮਿਲਿਆ, ਇਹ ਸਾਰੇ ਇਲਜ਼ਾਮ ਝੂਠੇ ਆ। ਉਹਨਾਂ ਨੇ ਅੱਧੇ ਘੰਟੇ 'ਚ ਇਨਵੈਸਟੀਗੇਸ਼ਨ ਵੀ ਕਰ ਲਈ, ਪਰ ਹਾਲੇ ਜੇ ਥੋੜ੍ਹਾ ਚਿਰ ਪਿੱਛੇ ਆਪਾਂ ਵੇਖੀਏ ਤਾਂ ਜਤਿੰਦਰ ਤੋਮਰ ਸੀ ਜਿਹੜਾ ਇਹਨਾਂ ਦਾ ਕਾਨੂੰਨ ਮੰਤਰੀ, ਉਹਦੇ ਬਾਰੇ ਵੀ ਇਸੇ ਤਰ੍ਹਾਂ ਹੀ ਹੋਇਆ ਸੀ, ਕਹਿੰਦੇ ਜੀ ਨਿਰਦੋਸ਼ ਆ ਨਿਰਦੋਸ਼ ਆ। ਜਦੋਂ ਉਹਨੂੰ ਫੜ ਕੇ ਪੁਲਿਸ ਉਹਦੇ ਉੱਥੇ ਕਾਲਜ ਲੈ ਕੇ ਗਈ ਜਿੱਥੋਂ ਕਹਿੰਦਾ ਸੀ ਮੈਂ ਡਿਗਰੀ ਕੀਤੀ ਹੈ, ਉੱਥੋਂ ਸਾਰਾ ਕੁਛ ਫਰਜ਼ੀ ਨਿਕਲ ਆਇਆ ਸੀ, ਉਦੋਂ ਵੀ ਪੈਰ ਇਹਨਾਂ ਨੂੰ ਪਿਛਾਂ ਪੁੱਟਣੇ ਪਏ ਸੀ। ਅਰਵਿੰਦ ਕੇਜਰੀਵਾਲ ਖਾਸ ਤੌਰ ਤੇ ਉਦੋਂ ਕਾਫੀ ਨਮੋਸ਼ੀ ਦਾ ਸਾਹਮਣਾ ਕਰ ਚੁੱਕੇ ਸਨ, ਪਰ ਇਸ ਵਾਰੀ ਵੀ ਉਹ ਸ਼ਾਇਦ ਕਾਹਲੀ ਕਰਦੇ ਪਏ, ਕਿਉਂਕਿ ਗਾਂ ਜਿਹਨਾਂ ਦੇ ਨਾਲ ਵਾਹ ਪਿਆ, ਜਿਵੇਂ ਉਹ ਕਹਿੰਦੇ ਹੁੰਦੇ ਜੀ ਉੱਠ ਜੀ ਭਾਬੀ ਉੱਠ ਖੈਰ ਕੱਤੀ ਵਾਹ ਪੈ ਗਿਆ ਨਾਲ ਕਪੱਤਿਆਂ ਦੇ, ਕਪੱਤਿਆਂ ਦੇ ਨਾਲ ਵਾਹ ਪਿਆ ਗਾਂ, ਪਤਾ ਨੀ ਕੀ ਹੋਣਾ ਉਹਨਾਂ ਨੇ ਕਿਸ ਚੱਕਰ ਚੂੰਡੇ ਦੇ ਵਿੱਚ ਇਹਨਾਂ ਨੂੰ ਫਸਾ ਲੈਣਾ। ਪਰ ਜਿਹੜੀ ਇਹ ਸਫਾਈ ਦਿੱਤੀ ਹੈ, ਕੱਲ ਨੂੰ ਇਹ ਅੱਗੇ ਵੀ ਆ ਸਕਦੀ, ਥੋੜਾ ਇਹਨਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਸੀ, ਕਿਉਂਕਿ ਜਿਹੜੇ ਕੇਂਦਰ ਦੇ ਵਿੱਚ ਹੁੰਦੇ ਆ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਵਰਗੀ ਜਿਹੜੀ ਪਾਰਟੀ ਹੈ, ਉਹ ਜਦੋਂ ਕੇਂਦਰ 'ਚ ਹੁੰਦੀ ਹੈ ਤੇ ਫਿਰ ਜਿਹੜੇ ਖਾਸ ਤੌਰ ਤੇ ਹੋਏ CBI ਹੋਈ, ED ਹੋਈ, ਇਨਕਮ ਟੈਕਸ ਨੂੰ ਤਾਂ ਕਿਹਾ ਜਾਂਦਾ ਹੈ ਕਿ ਇਨਕਾ ਕਾਮ ਟੈਕਸ ਆ, ਇਹ ਜਿਹਦੇ ਕੇਂਦਰ 'ਚ ਹੁੰਦੇ ਆ ਉਹਦੇ ਲਈ ਕੰਮ ਕਰਦੇ, ਇਹਨੂੰ ਕਹਿ ਦਿੰਦੇ ਕਿ ਇਨਕਾ ਕਾਮ ਟੈਕਸ ਆ, ਇਹਨੇ ਇਹਨਾਂ ਦਾ ਹੀ ਕੰਮ ਕਰਨਾ ਹੈ। ਸੋ ਇਨਕਮ ਟੈਕਸ ਵੀ ਉਹਨਾਂ ਦੇ ਅਧੀਨ ਆ, ਹੁਣ ਅੱਗੇ ਜਾ ਕੇ ਪਤਾ ਨੀ ਕੀ ਬਣੇਗਾ, ਪਰ ਹਾਲਤ ਲਿਆ ਲਿਆ ਸਤਿੰਦਰ ਜੈਨ ਤੇ ਜਿਹੜੀ ਹੈ ਤਲਵਾਰ ਲਟਕੀ ਹੋਈ ਆ, ਲਟਕੀ ਹੋਈ ਤਲਵਾਰ, ਇਹ ਹੁਣ ਉਹਦਾ ਕੋਈ ਸਿਆਸੀ ਕੋਈ ਅੰਗ ਵੱਢਦੀ ਹੈ ਜਾਂ ਛੱਡਦੀ ਹੈ, ਇਹ ਸਮਾਂ ਦੱਸੇਗਾ। ਪਰ ਹਾਲ ਦੀ ਘੜੀ ਕਹਿ ਲਈਏ ਕਿ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਤੋਂ ਬਾਅਦ ਜੇ ਕੋਈ ਤੀਜੇ ਨੰਬਰ ਦਾ ਉੱਥੇ ਸਰਕਾਰ 'ਚ ਲੀਡਰ ਆ ਤਾਂ ਉਹ ਹੈ ਸਤਿੰਦਰ ਜੈਨ, ਕਿਉਂਕਿ ਬੰਦਾ ਕਾਬਲ ਆ। ਜੇ ਇਸ ਬੰਦੇ ਨੂੰ ਵੀ ਸਿਕੰਜੇ 'ਚ ਲੈ ਲਿਆ ਤੇ ਥੋੜੀ ਮੁਸ਼ਕਲ ਅਰਵਿੰਦ ਕੇਜਰੀਵਾਲ ਲਈ ਵੱਧ ਜਾਏਗੀ, ਕਿਉਂਕਿ 21 ਮੁੱਖ ਸੰਸਦੀ ਸਕੱਤਰ ਸੀਗੇ ਜਿਹੜੇ ਹਾਲੇ ਉਹ ਵੀ ਅੱਧ ਵਿਚਾਲੇ 'ਚ ਲਟਕੇ ਪਏ ਆ। ਜੀ ਤੇ ਜੇ ਅੱਗੇ ਲਈ ਆਪਾਂ ਗੱਲ ਕਰਦੇ ਹਾਂ, ਕਾਂਗਰਸ ਦੇ ਨੇਤਾਵਾਂ ਨੇ ਰਾਜਪਾਲ ਕੋਲ ਪੰਜਾਬ ਸਰਕਾਰ ਬਰਖਾਸਤ ਕਰਨ ਦੀ ਮੰਗ ਕੀਤੀ। ਕਾਂਗਰਸ ਵਾਲੇ ਪਤਾ ਨੀ ਕੀ ਕਰਦੇ ਪਏ ਆ, ਅੱਜ ਇਹਨਾਂ ਦਾ ਜਿਹੜਾ ਵਿਰੋਧੀ ਧਿਰ ਦਾ ਨੇਤਾ ਚਰਨਜੀਤ ਚੰਨੀ, ਉਹਨੇ ਸਾਈਕਲ ਯਾਤਰਾ ਸ਼ੁਰੂ ਕਰ ਦਿੱਤੀ, ਉਹਨੇ ਚਮਕੌਰ ਸਾਹਿਬ ਤੋਂ ਤਲਵੰਡੀ ਸਾਬੋ ਆਉਣਾ, ਉਹ ਅੱਡ ਸਾਈਕਲ ਯਾਤਰਾ ਸ਼ੁਰੂ ਕਰ ਬੈਠਾ ਤੇ ਵਿਰਸਾ ਸਿੰਘ ਵਲਟੋ ਆਖੰਡਿਆ ਸੀ ਕੋਈ ਗੱਲ ਨੀ, ਕਹਿੰਦਾ ਚੰਨੀ ਸਾਹਿਬ ਸਾਈਕਲ ਦੀ ਪ੍ਰੈਕਟਿਸ ਕਰ ਲਓ, ਆਉਣ ਵਾਲੀਆਂ ਜਿਹੜੀਆਂ ਚੋਣਾਂ ਹੈ ਤੁਹਾਨੂੰ ਲਾਲ ਬੱਤੀ ਵਾਲੀ ਤੋਂ ਲਾ ਕੇ ਲੋਕਾਂ ਨੇ ਸਾਈਕਲ ਜੋਗੀ ਕਰ ਦੇਣਾ। ਸੋ ਉਹ ਸਾਈਕਲ ਯਾਤਰਾ ਤੇ ਦੂਜੇ ਪਾਸੇ ਪ੍ਰਚਾਰ ਵੈਨ ਯਾਤਰਾ ਜਿਹੜੀ ਇਹਨਾਂ ਦੀ ਨਿਕਲੀ ਹੈ, ਉਹਦੇ ਵਿੱਚ ਅੱਜ ਜੱਫੀਓ ਜੱਫੀ ਫਿਰ ਹੋ ਗਏ ਕਾਂਗਰਸੀ ਉੱਥੇ ਆਲਮਗੀਰ ਲੁਧਿਆਣੇ ਜ਼ਿਲ੍ਹੇ ਦੇ ਵਿੱਚ, ਉੱਥੇ ਵੀ ਕਾਫੀ ਇੱਕ ਦੂਜੇ ਦੇ ਇਹਨਾਂ ਨੇ ਫੋਟੋਆਂ ਖਿਚਾਉਣ ਤੇ ਕਸੁੰਨ ਮੁੱਕੇ ਕੱਢ ਮਾਰੇ ਆ। ਪਰ ਤੀਜੇ ਪਾਸੇ ਸੁਨੀਲ ਜਾਖੜ ਹੋਰੀ ਜਿਹੜੇ ਹਫ਼ਤੇ ਬਾਅਦ ਗੇੜਾ ਕੱਢਾਉਂਦੇ ਗਵਰਨਰ ਦਾ, ਉਹ ਦੂਜੀ ਤੀਜੀ ਵਾਰੀ ਫਿਰ ਗਏ ਚੱਲੇ ਗਵਰਨਰ ਦੇ ਕੋਲ ਕਿ ਭਾਈ ਸਾਹਿਬ ਸਾਡੀ ਸੁਣੋ, ਫਰਿਆਦ ਦਾਦ ਫਰਿਆਦ ਅਸੀਂ ਲੈ ਕੇ ਆਏ ਹਾਂ। ਉਹ ਇਹ ਕਹਿੰਦੇ ਕਿ ਅਮਨ ਕਾਨੂੰਨ ਦੀ ਜਿਹੜੀ ਵਿਵਸਥਾ ਹੈ ਉਹ ਖਰਾਬ ਹੋ ਚੁੱਕੀ ਹੈ ਤੇ ਤੁਸੀਂ ਸਰਕਾਰ ਨੂੰ ਤੁਰੰਤ ਬਰਖਾਸਤ ਕਰਕੇ ਇੱਥੇ ਰਾਸ਼ਟਰਪਤੀ ਰਾਜ ਲਾਗੂ ਕਰ ਦਿਓ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਜੋ ਕਾਂਗਰਸੀ ਉੱਥੇ ਤਰਕ ਦਲੀਲ ਦੇਣ ਡਿਆ ਆ ਕਿ ਅਮਨ ਕਾਨੂੰਨ ਵਿਵਸਥਾ ਜਿਹੜੀ ਉਹ ਖਸਤਾ ਹਾਲ ਹੋਈ ਹੈ, ਕਿਉਂਕਿ ਅਸੀਂ ਇਸ ਹਫ਼ਤੇ ਤੇ ਝਾਤ ਮਾਰ ਲਈਏ ਕਿੰਨਾ ਕੁਛ ਵਾਪਰਿਆ। ਫਰੀਦਕੋਟ ਦੇ ਵਿੱਚ ਸਾਰਾ ਟੱਬਰ ਆ ਜਿਹੜਾ ਉਹ ਇੱਕ ਅਕਾਲੀ ਚੇਅਰਮੈਨ ਦੇ ਹੱਥੋਂ ਦੁਖੀ ਹੋ ਕੇ ਨਹਿਰ 'ਚ ਛਾਲ ਮਾਰ ਕੇ ਖਤਮ ਹੋ ਗਿਆ। ਪਠਾਨਕੋਟ ਦੇ ਵਿੱਚ ਇੱਕ ਫਾਈਨੈਂਸਰ ਦੀਆਂ ਧਮਕੀਆਂ ਤੋਂ ਦੁਖੀ ਹੋ ਕੇ ਸਾਰਾ ਟੱਬਰ, 4 ਜਣੇ ਉਹ ਸਨ, ਉਹ ਖਤਮ ਹੋ ਗਿਆ। ਅਕਾਲੀ ਸਰਪੰਚ ਨੇ ਇੱਕ ਗਰਭਵਤੀ ਨਰਸ ਨੂੰ ਕੁੱਟ ਕੱਤਿਆ ਹਸਪਤਾਲ ਦੇ ਵਿੱਚ। ਇੱਕ ਅਕਾਲੀ ਸਰਪੰਚ ਨੇ ਬਜ਼ੁਰਗ ਨੂੰ ਕਾਰ ਦੇ ਪਿੱਛੇ ਬੰਨ ਕੇ ਘੜੀਸਿਆ ਗਿੱਦੜਵਾ ਹਲਕੇ 'ਚ। ਸੋ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਜਿਹੜੀਆਂ ਇੱਕ ਹਫ਼ਤੇ ਦੇ ਅੰਦਰ ਅੰਦਰ ਵਾਪਰੀਆਂ। ਸਭ ਤੋਂ ਘਿਨਾਉਣੀ ਘਟਨਾ ਜਿਹੜੀ ਮੇਰੇ ਖਿਆਲ ਦੇ ਨਾਲ ਜਿਹੜੀ ਇਤਿਹਾਸ ਦੀ ਘਿਨਾਉਣੀ ਘਟਨਾ ਕਹਿ ਸਕਦੇ ਅਮਨ ਕਾਨੂੰਨ ਦੇ ਮਾਮਲੇ ਦੀ, ਉਹ ਵਾਪਰੀ ਹੈ ਕੱਲ੍ਹ। ਇੱਕ 100 ਸਾਲ ਦੀ ਬੇਬੇ ਨੂੰ ਪਹਿਲਾਂ ਤੇ ਕੋਈ ਜਿਸਮਾਨੀ ਸ਼ੋਸ਼ਿਤ ਵੀ ਕੀਤਾ ਗਿਆ, ਉਸ ਤੋਂ ਬਾਅਦ ਉਹਦਾ ਕਤਲ ਕਰ ਦਿੱਤਾ ਗਿਆ, ਲਗਭਗ 100 ਸਾਲ ਦੀ ਸੀ। ਇਸ ਤੋਂ ਇਲਾਵਾ ਜਗਰਾਓਂ ਵੀ ਬੜੀ ਸ਼ਰਮਨਾਕ ਘਟਨਾ ਵਾਪਰੀ ਹੈ, ਨਿਰਵਸਤਰ ਕੀਤਾ ਗਿਆ ਬੀਬੀ ਨੂੰ ਸ਼ਰਤਾਂ ਲਾ ਕੇ। ਸੋ ਇਹ ਸਾਰੀਆਂ ਜੋ ਘਟਨਾਵਾਂ ਨੇ, ਖਾਸ ਤੌਰ ਤੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਲਈਏ ਤੇ ਅਮਨ ਕਾਨੂੰਨ ਦੀ ਵਿਵਸਥਾ ਤੇ ਜਿਹੜੀ ਉਹ ਸ਼ਿਕੇ ਤੇ ਟੰਗੀ ਨਜ਼ਰ ਆਉਂਦੀ ਹੈ। ਪਰ ਅਗਾਂਹ ਹੁਣ ਸਮਾਂ ਵੀ ਵੇਖਣਾ ਚਾਹੀਦਾ ਕਿ ਸਮਾਂ ਤੇ ਰਹਿ ਗਿਆ ਜਿਹੜਾ, ਉਹ ਕਹਿ ਲਈਏ ਕਿ ਹਾਥੀ ਲੰਘ ਗਿਆ, ਪੂਛ ਰਹਿਣ ਵਾਲੀ ਗੱਲ ਆ। 1.5-2 ਮਹੀਨੇ ਹੋਰ ਸਮਾਂ,
सरकार ते आपे नुकरे लग जानी है, पर फिर भी कांग्रेसी है जिहड़े अपने फर्ज निभाउंदे पए, पर जे इह फर्ज इन्हां ने अज तो 4-5 साल पहला निभाए हुंदे ते शायद नौबतां इत्थों तक आउंदियां ना। पर फिर भी जेकर सरकार जां गवर्नर इन्हां दा कहना मन लैंदे आ, गवर्नर साहब जिहड़ी सरकार नूं बरखास्त कर दिंदे, राष्ट्रपति राज कुछ दिनां लई ला भी दिंदे आ, ते फिर भी राष्ट्रपति राज दीआं जिहड़ीआं चाबीआं आ ਉਹ ਤੇ ਉਹਨਾਂ ਦੇ ਕੋਲ ਹੀ ਰਹਿਣੀਆਂ। ਕੇਂਦਰ ਦੇ ਉੱਤੇ ਵਿੱਚ ਫਿਰ ਭਾਜਪਾ, ਫਿਰ ਕਿੱਧਰ ਭੱਜਣਗੇ, ਰਸਤੇ ਸਾਰੇ ਫਿਰ ਬੰਦ ਮਿਲਣਗੇ। ਜੀ ਜੀ ਜੀ। ਤੇ ਅੱਗੇ ਆਪਾਂ ਗੱਲ ਕਰੀਏ ਜੀ ਚੌਥੇ ਮੋਰਚੇ ਦੀਆਂ, ਬੜੀਆਂ ਅਟਕਲ ਪੱਚੂ ਲੱਗ ਰਹੀਆਂ, ਕਦੀ ਉਹ ਸੁਰਜੀਤ ਹੋ ਜਾਂਦਾ, ਕਦੀ ਫਿਰ ਬੈਠ ਜਾਂਦੇ ਆ, ਤੇ ਉਸ ਦੀਆਂ ਬਹੁਤ ਸਾਰੀਆਂ ਮੀਟਿੰਗਾਂ ਵੀ ਬਾਕੀ ਲੀਡਰਾਂ ਦੇ ਨਾਲ ਹੋ ਰਹੀਆਂ, ਤੇ ਅਸਲ ਵਿੱਚ ਚੱਲ ਕੀ ਰਿਹਾ ਇਸ ਦੇ ਪਿੱਛੇ? ਚੌਥੇ ਮੋਰਚੇ ਲਈ ਵੀ ਕਬੱਡੀ ਖੇਡੀ ਜਾਂਦੀ ਪਈ ਹੈ, ਕਿਉਂਕਿ ਇੱਕ ਪਾਸੇ ਡਾਕਟਰ ਧਰਮਵੀਰ ਗਾਂਧੀ ਹੋਰੀ ਕਹਿੰਦੇ ਕਿ ਚੌਥਾ ਮੋਰਚਾ ਸਾਡਾ, ਦੂਜੇ ਪਾਸੇ ਨਵਜੋਤ ਸਿੱਧੂ ਹੋਰੀ ਕਹਿੰਦੇ ਕਿ ਚੌਥਾ ਮੋਰਚਾ ਸਾਡਾ। ਇਹਦੇ ਲਈ ਵੀ ਇਹਨਾਂ ਦੀ ਟਾਈ ਪਈ ਪਈ ਆ ਕਿ ਚੌਥਾ ਕਿਹੜਾ, ਪੰਜਵਾਂ ਕਿਹੜਾ, ਹਾਲੇ ਤੱਕ ਇਹ ਵੀ ਤੈਅ ਹੋਣਾ ਬਾਕੀ ਹੈ, ਕਿਉਂਕਿ ਇਹ ਤੈਅ ਹੋ ਚੁੱਕਾ ਆ ਕਿ ਨਵਜੋਤ ਸਿੱਧੂ ਹੋਰੀ ਅੱਡ ਜਾਣਗੇ ਤੇ ਡਾਕਟਰ ਧਰਮਵੀਰ ਗਾਂਧੀ ਵੀ ਅੱਡ ਜਾਣਗੇ, ਕਿਉਂਕਿ ਇਹਦੀ ਇੱਕ ਪ੍ਰਮਾਣਤਾ ਇੱਥੋਂ ਆਪਾਂ ਲੈ ਸਕਦੇ ਹਾਂ ਕਿ ਕੱਲ੍ਹ ਰਾਤ ਤੱਕ ਸਿੱਧੂ, ਬੈਂਸ ਭਰਾ ਤੇ ਪ੍ਰਗਟ ਸਿੰਘ ਹੋਰੀ ਉਹ ਅੱਡ ਗੋਲਮੇਜ ਵਾਰਤਾ ਕਰਦੇ ਰਹੇ ਆ, ਤੇ ਦੂਜੇ ਪਾਸੇ ਡਾਕਟਰ ਧਰਮਵੀਰ ਗਾਂਧੀ ਹੋਰੀ, ਐਚ ਐਸ ਕਿੰਗਰਾ ਹੋਰੀ ਤੇ ਸੁੱਚਾ ਸਿੰਘ ਛੋਟੇਪੁਰੇ ਹੋਰੀ ਉਹ ਅੱਡ ਉੱਥੇ ਜੱਫੀਆਂ ਪਾਉਂਦੇ ਰਹੇ ਇੱਕ ਦੂਜੇ ਨੂੰ। ਸੋ ਦੋਨਾਂ ਦਾ ਜੇ ਦੇਖ ਲਈਏ ਤੇ ਤੈਅ ਹੋ ਗਿਆ ਕਿ ਉਹ ਅੱਡ ਜਾਣਗੇ, ਇਹ ਅੱਡ ਜਾਣਗੇ। ਪਤਾ ਨਹੀਂ ਹੁਣ ਚੌਥਾ ਫਰੰਟ ਕਿਹੜਾ ਬਣੇਗਾ ਤੇ ਪੰਜਵਾਂ ਕੌਣ ਹੋਏਗਾ, ਇਹ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਟਾਈ ਪਈ ਹੋਈ ਹੈ ਉਹ ਨਿਰਧਾਰਿਤ ਕਰੇਗੀ ਕਿ ਚੌਥਾ ਕਿਹੜਾ ਹੈ। ਪਰ ਦੂਜੇ ਪਾਸੇ ਅੱਜ ਜਿਹੜੇ ਗੁਰਪ੍ਰੀਤ ਸਿੰਘ ਘੁੱਗੀ ਹੋਰੀ ਹੈ ਉਹਨਾਂ ਨੇ ਵੀ ਇੱਕ ਬਿਆਨ ਦੇ ਕੇ ਕਾਫੀ ਮਾਹੌਲ ਦੇ ਵਿੱਚ ਜਿਵੇਂ ਕਹਿ ਲਈਏ ਕਿ ਦਿਲਚਸਪੀ ਵਧਾ ਦਿੱਤੀ। ਉਹ ਕਹਿੰਦੇ ਕਿ ਅਰਵਿੰਦ ਕੇਜਰੀਵਾਲ ਹੋਰੀ ਜਿਹੜੇ ਆ ਉਹ ਇਸ ਮਾਮਲੇ ਤੇ ਨਵਜੋਤ ਸਿੱਧੂ ਨੂੰ ਮਿਲਣ ਲਈ ਵੀ ਤਿਆਰ ਆ, ਯਾਨੀ ਉਹਨਾਂ ਨੇ ਵੀ ਇੱਕ ਸੰਭਾਵਨਾ ਖੋਲ ਦਿੱਤੀ ਹੈ। ਜਿਸ ਤਰ੍ਹਾਂ ਸਿੱਧੂ ਨੇ ਮੋੜਾ ਕੱਟਿਆ ਇਹਨਾਂ ਮੌਕੇ ਤੇ ਆ ਕੇ, ਸਿੱਧੂ ਨੇ ਯੂ ਟਰਨ ਮਾਰਿਆ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਡਾਕਟਰ ਧਰਮਵੀਰ ਗਾਂਧੀ ਦਾ, ਬੈਂਸ ਭਰਾਵਾਂ ਨੇ ਖਾਸ ਤੌਰ ਤੇ ਸੱਦਾ ਠੁਕਰਾਇਆ, ਸਿੱਧੂ ਨੇ ਵੀ ਸੱਦਾ ਠੁਕਰਾਇਆ, ਉਹਦੇ ਨੂੰ ਵੇਖ ਲਈਏ। ਜਿਸ ਤਰ੍ਹਾਂ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਅਕਾਲੀ ਭਾਜਪਾ ਗੱਠਜੋੜ ਦੀ ਹੈ ਜਿਹੜੀ ਵਿਰੋਧੀ ਵੋਟ ਆ ਉਹ ਨਹੀਂ ਕੱਟਣੀ, ਇੱਥੋਂ ਇਹ ਸਾਬਤ ਹੁੰਦਾ ਹੈ ਕਿ ਸਿੱਧੂ, ਬੈਂਸ ਭਰਾ ਤੇ ਪ੍ਰਗਟ ਸਿੰਘ ਉਹ ਰਸਤਾ ਕੋਈ ਹੋਰ ਵੇਖ ਰਹੇ ਆ। ਯਾਨੀ ਜੋ ਡਾਕਟਰ ਧਰਮਵੀਰ ਗਾਂਧੀ ਹੋਰੀ, ਸੁੱਚਾ ਸਿੰਘ ਛੋਟੇਪੁਰ, ਐਚ ਐਸ ਕਿੰਗਰਾ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਤੋਂ ਪੀੜਿਤ ਪਰਿਵਾਰ ਵੀ ਕਿਹਾ ਜਾਂਦਾ ਹੈ, ਉਸ ਪੀੜਿਤ ਪਰਿਵਾਰ ਦੇ ਨਾਲ ਮੇਰੇ ਖਿਆਲ ਨਾਲ ਇਹ ਨਹੀਂ ਚੱਲਣ ਵਾਲੇ। ਇਹਨਾਂ ਕੋਲ ਹੁਣ ਬਦਲਿਆ ਦੋ, ਜਾਂ ਤੇ ਕਾਂਗਰਸ ਦੇ ਵਿੱਚ ਜਾ ਸਕਦੇ ਜਾਂ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਸਕਦੇ ਆ। ਕਾਂਗਰਸ ਦੇ ਨਾਲ ਸ਼ਾਇਦ ਗੱਲ ਨਾ ਬਣੇ ਕਿਉਂਕਿ ਉੱਥੇ ਰੌਲਾ ਸੀਟ ਦਾ ਪੈ ਜਾਣਾ, ਜਾਂ ਤੇ ਹੁਣ ਜੇ ਤਾਂ ਇਹ ਸੌਦਾ ਤੋਰ ਚੜ੍ਹਨਾ ਹੋਇਆ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਆ ਉਹ ਕੁਛ ਨਾ ਕੁਛ ਹਿਲਜੁਲ ਕਰੇਗਾ, ਚਾਹੇ ਅਸਤੀਫਾ ਦੇਵੇ ਕਿਤੋਂ, ਕਿਉਂਕਿ ਦੋਨੇ ਹੀ ਜਿਹੜੀਆਂ ਪਟਿਆਲੇ ਦੀ ਸੀਟ ਆ ਖਾਸ ਤੌਰ ਤੇ ਉਹਦੇ ਤੇ ਵੀ ਕੈਪਟਨ ਦਾ ਦਬਦਬਾ, ਅੰਮ੍ਰਿਤਸਰ ਵਾਲੀ ਸੀਟ ਤੇ ਉਹਦੇ ਕੋਲ ਹੈ ਹੀ ਹੈ ਲੋਕ ਸਭਾ ਦੀ ਸੀਟ, ਤੇ ਇਹਨਾਂ ਦੋਨਾਂ ਸ਼ਹਿਰਾਂ ਤੇ ਹੀ ਨਵਜੋਤ ਸਿੱਧੂ ਹੈ ਜਿਹੜਾ ਉਹ ਰਾਜਸੀ ਦਬਦਬਾ ਰੱਖਦਾ। ਸੋ ਇੱਥੋਂ ਪਤਾ ਲੱਗ ਜਾਏਗਾ ਕਿ ਕਾਂਗਰਸ ਦੇ ਵਿੱਚ ਜੇ ਤਾਂ ਕੋਈ ਹਿਲਜੁਲ ਹੁੰਦੀ ਹੈ ਆਉਣ ਵਾਲੇ 4-5 ਦਿਨਾਂ 'ਚ, ਫਿਰ ਸਿੱਧੂ ਦਾ ਟਿਕਾਣਾ ਜਿਹੜਾ ਉਹ ਸਾਫ਼ ਹੋ ਜਾਏਗਾ ਕਿ ਇੱਧਰ ਹੀ ਹੈ। ਜੇ ਨਹੀਂ, ਜਿਸ ਤਰ੍ਹਾਂ ਘੁੱਗੀ ਹੋਰਾਂ ਨੇ ਇਨਵੀਟੇਸ਼ਨ ਘੱਲਿਆ, ਸੱਦਾ ਪੱਤਰ ਘੱਲਿਆ, ਹੋ ਸਕਦਾ ਇਹ ਵੀ ਪ੍ਰਵਾਨ ਹੋ ਜਾਵੇ ਤੇ ਇੱਧਰੋਂ ਕੋਈ ਜਿਹੜਾ ਨਵਾਂ ਰਿਸ਼ਤਾ ਘੜਿਆ ਜਾ ਸਕੇ। ਪਰ ਹਾਲ ਦੀ ਘੜੀ ਜਾਪਦਾ ਇਹੀ ਹੈ ਕਿ ਸਿੱਧੂ ਠੀਕ ਉਸੇ ਮਾਤਾ ਉਸੇ ਬੇਬੇ ਦੀ ਪੋਜੀਸ਼ਨ 'ਚ ਪਹੁੰਚ ਚੁੱਕਾ ਜੋ ਘਰੋਂ ਲੜ ਕੇ ਤੇ ਅੱਡੇ ਤੇ ਬਹਿ ਗਈ ਸੀ, ਜੋ ਬੈਠੀ ਰਹੀ ਕਿਉਂਕਿ ਬੇਬੇ ਦਾ ਕੰਮ ਹੀ ਨਿੱਤਦਾ ਸੀ। ਉਡੀਕਦੀ ਰਹੀ ਕਿ ਕੋਈ ਆਏਗਾ ਮੈਨੂੰ ਲੈਣ ਸ਼ਾਮ ਨੂੰ। ਜਦੋਂ ਉਹਨੇ ਵੇਖਿਆ ਕਿ ਕੋਈ ਨਹੀਂ ਆਇਆ, ਉਹਨਾਂ ਦਾ ਮਾਲ ਚਰ ਕੇ ਆਉਂਦਾ ਪਿਆ ਸੀ, ਡੰਗਰ ਚਰ ਕੇ ਆਉਂਦੇ ਪਏ ਸੀ, ਪਿੱਛੇ ਕੱਟਾ ਸੀ ਸਾਰਿਆਂ ਤੋਂ, ਉਹਨੇ ਕੱਟੇ ਦੀ ਪੂਛ ਫੜ ਲਈ ਤੇ ਉਹ ਤੁਰੀ ਜਾਵੇ, ਨਾਲੇ ਪੂਛ ਫੜੀ। ਉਹ ਰਸਤੇ 'ਚ ਇੱਕ ਨੇ ਪੁੱਛਿਆ ਕਿ ਮਾਈ ਕਿੱਧਰ ਨੂੰ, ਉਹ ਕਹਿੰਦੀ ਕਿ ਜਾਣਾ ਤਾਂ ਨਹੀਂ ਸੀ ਨਖਸਮਿਆਂ ਦੇ ਘਰ, ਪਰ ਆਹ ਬੇਜ਼ਬਾਨ ਦਾ ਮੂੰਹ ਮਾਰਦਾ, ਯਾਨੀ ਕੱਟੇ ਦੀ ਪੂਛ ਦਾ ਬਹਾਨਾ ਸੀ। ਸੋ ਉਹਨੇ ਘਰੇ ਵੜਨਾ ਸੀ ਤੇ ਇਹ ਮੇਰੇ ਖਿਆਲ ਦੇ ਨਾਲ ਜਿਹੜਾ ਯੂ ਟਰਨ ਮਾਰਿਆ, ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਅਕਾਲੀ ਭਾਜਪਾ ਗੱਠਜੋੜ ਦੀ ਵੋਟ ਨਹੀਂ ਕੱਟਣੀ, ਉਹ ਸਾਰਾ ਸ਼ਾਇਦ ਇਸੇ ਕਰਕੇ ਸੀਗਾ ਕਿ ਦੂਜੇ ਪਾਸੇ ਸਾਰਾ ਕੁਛ ਵੇਖ ਕੇ ਹੁਣ ਪਿੱਛੇ ਮੁੜਨਾ ਸੀ ਤੇ ਉਹ ਥੋੜਾ ਜਿਹਾ ਕਹਿ ਲਈਏ ਕਿ ਕੱਟੇ ਦਾ ਸਾਰਾ ਮਿਲ ਗਿਆ। ਜੀ ਜੀ ਜੀ, ਬਿਲਕੁਲ ਸਹੀ ਆ।
अच्छा जी, अगला आपां सवाल करते हैं कि मनप्रीत ने एक बयान दिता है कि सुखबीर बादल भावें पुट्ठा लमक जाए पर बादल लंबी दी सीट नहीं जित सकता। मनप्रीत बादल हो रही है जेडे बादल परिवार कह लिए कि जेड़ा सब तो सियाणा जी समझा जाता, सियाने तो सारे ही ने पर जेड़ा पढ़िया लिखिया ते बुद्धिजीव अपने आप नूं कह सकते हैं कि बादल परिवार दे विच इस समय का बुद्धिजीव कहा जाता है क्योंकि फाइनेंस मिनिस्टर भी रहा है पंजाब के सूबे का, राजनीति भी बेशक पलटियां बथेरिया मारिया मनप्रीत सिंह बादल ने पर राजनीति फिर भी जिहड़ी है वह ये बहुत मर्यादक करता है, बड़ी हद तक जिहड़ा आ निजी हमलों तो बचता है। पर जो आ गल इहने कीती है लंबी सीट वाली, पता नहीं किहड़े आधार से किहड़ी बिना ते कीती है कि लंबी सीट है जिहड़ी वह इन्हां ते जितनी होनी। पहली गल तो यह आ मनप्रीत सिंह बादल लंबी हल्के दे विच ही रहिंदे आ, सारा कुछ लंबी हल्के बारे जाणदे आ, इन्हों यह शायद याद नहीं रहा कि सुखबीर सिंह बादल का तो इस सीट के नाल कोई तलुकात ही है नहीं, वह तो जलालाबाद तो है, वह तो इतने विचरते भी बहुत घट आ, उन्होंने तो जोगियां वाला फेरा आए रात को कितने गेड़ा कढ़ के कितने मस्ती चढ़ी तो काम कार चलता कितने गेड़ा कढ़ लिया, लंबी के लोगों के नाल उन्हों का कोई राबता नहीं है। राबता है सरदार प्रकाश सिंह बादल का, पहला जिवें मनप्रीत सिंह बादल होर पिता होंगे सन हाले भी ने पर राजनीति तो दूर ने, सरदार गुरदास सिंह बादल वह लंबी च विचरिया करते सन, सरदार प्रकाश सिंह बादल दे पहला चाचा जी होया करते सन सरदार तेजा सिंह बादल, वह विचरिया करते सन लंबी दे लोगों के विच। ये सुखबीर सिंह बादल का तो कोई लागा देगा नहीं नजर आता पर फिर भी ये जो कहते हैं कि लंबी दी सीट भी ये जित नहीं सकता है कि बादल परिवार, मेरे ख्याल दे नाल हाले मनप्रीत सिंह बादल बहुत काली करदे पए आ जिहड़े ओह समीकरण जोड़दे तोड़दे पए आ, मेरे ख्याल दे नाल ये इस पोजिशन दे विच हाले तक पहुंचे नहीं जिथे ओह खड़ के कह सकन कि असीं ये सीट है जिहड़ी ओह इन्हां नूं नहीं जितन देवांगे, हाले उत तक पहुंचे नहीं क्योंकि इन्हां ने हाले तक तय नहीं किया कि लंबी तो मैदान च उतरना किन्ने आ। हुण जे मनप्रीत सिंह बादल ये मंशा रख के चल रहे हैं कि लंबी तो मुकाबला देणगे तां ही शायद वो मेरे ख्याल दे नाल इन्ने कॉन्फिडेंट आ कि ऐतकी दी सीट है जिहड़ी बादल परिवार नहीं जितेगा, तां फिर भी आपां कह सकदे आ कि वह हाले बहुत काली है। जदों लोक सभा दी इलैक्शन हुई है ये जेठ भरजाई का मुकाबला होया बीबा हरसिमरत कौर बादल ते मनप्रीत सिंह बादल का, उहदे विच तकरीबन तकरीबन जित हार का मार्जिन वह रहा सी जो लंबी दे विचों लीड निकली सी, लंबी ने ही उस सीट का फैसला किया सीगा, एक लंबी सी ते एक शायद होर हलका सीगा जिथों इन्हां दी वोट है जिहड़ी वह उन्नी कु वधी ते उन्ना कु मार्जिन है जिहड़ा वह निकलिया सीगा। सो लंबी सीट बारे ये हाले आकाशवाणी जिहड़ी करी जांदे आ मनप्रीत सिंह बादल बहुत काली है, जापदा नहीं है क्योंकि प्रकाश सिंह बादल का यह विहड़ा है, विहड़े दे विच आ के प्रकाश सिंह बादल वर्गे घाग सियासतदान नूं मात देना सुखाला काम नहीं। आने वाले दिनों च हो सकता कोई इन्होंने कोई मास्टर प्लान हो इस बाबत पर हाल की घड़ी जो आकाशवाणी उन्होंने की है वह आकाशवाणी एक राजनेता की तो हो सकती है, एक सियासतदान की तो हो सकती है, लंबी हल्के दे एक वसनीक की भी हो सकती है जी। ते अगे आपां गल करदे जी देश तो जान वारन वाले फौजियां दे वारसां ने मुख्यमंत्री दी कोठी अगे धरना दिता जी, इह दूजी तीजी वार हो गया। कल होमगार्ड दे जिहड़े जवान सन 1992 तो लैके हुण तक मरे आ उह उहनां दे परिवार उहनां दे वारस आ जिहड़े उह नौकरियां लई उत्थे तरले कढ़दे पए सन, उहनां दे मुंडे जिहड़े हुण जवान हो गए आ जिहड़े उदों मरे उहनां टाइमां दे विच ऑन ड्यूटी मरे ते उन्होंने परिवार कहते कि सानू भी किसी लेके लाओ साढ़े बंदे ते साढ़े जी है जेडे वो ते कुछ हजार रुपए कुछ सौ रुपए लई कुरबान हो गए हुण सानू भी नौकरियां दिओ। ये अकाली उन्होंने बारे भी कही जाते सोचा कि जी करते हैं जी कर ला ओ करेगा फलाना करेगा ढमकाना करेगा पर करना कराना किन्ने आ, डेढ़ दो महीने की खेड रह गई फिर आखन की कोई गल नहीं जी सबर करो हुण सरकार हनीमून ते हुण सरकार ये करती है वह करती है जेकर इन्हां दी सरकार आ गई। पर ये जिहड़े फौजियां वाले मामले दे विच है वह लापरवाही बहुत ही कह लिए कि गैर गंभीर है, बहुत ही गैर गंभीर इस लई है क्योंकि ये फौजी है जिहड़े जिन्हां दे परिवार हुण रुलदे फिरदे आ ये 1971 वाली जंग दे विच कुरबान होण वाले फौजी है,
ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ 45 ਸਾਲ ਹੋ ਗਏ ਆ, ਉਹ ਹਾਲੇ ਤੱਕ ਉਹ ਜਿਹੜੇ ਐਲਾਨੇ ਹੱਕ ਸੀਗੇ ਉਹ ਪ੍ਰਾਪਤ ਨਹੀਂ ਕਰ ਸਕੇ। ਉਸ ਸਮੇਂ ਜਿਹੜੇ ਕੁਰਬਾਨ ਹੋਏ ਸਨ ਫੌਜੀ, ਉਹਨਾਂ ਲਈ ਇਹਨਾਂ ਨੇ 10-10 ਕਿੱਲੇ ਜ਼ਮੀਨ ਅਲਾਟ ਕੀਤੀ ਸੀ, ਕਈਆਂ ਨੂੰ ਮਿਲ ਗਈ। ਮੇਰੇ ਖਿਆਲ ਦੇ ਨਾਲ 200-250 ਪਰਿਵਾਰ ਇਹੋ ਜਿਹਾ ਜਿਹੜਾ ਉਸ ਹੱਕ ਤੋਂ ਮਹਿਰੂਮ ਰਹਿ ਗਿਆ, ਜਿਹਨਾਂ ਨੂੰ ਜਾਂ ਤੇ ਅਲਾਟ ਹੋਈ ਨਹੀਂ, ਜੇ ਅਲਾਟ ਹੋਈ ਤੇ ਉਹ ਗਾਂ ਹਥਿਆਈ ਗਈ, ਕਿਸੇ ਨੇ ਨੱਪ ਲਈ, ਕਿਸੇ ਨੇ ਖੋਹ ਲਈ। ਉਹ ਪਰਿਵਾਰ ਜਿਹੜਾ 200-250 ਪਰਿਵਾਰ ਹੈ ਉਹ ਮੰਗ ਕਰਦਾ ਕਿ ਜੋ ਸਾਨੂੰ ਤੁਸੀਂ ਐਲਾਨਿਆ ਸੀ ਉਹ ਹੱਕ ਦਿਓ। ਪਰ ਹੱਕ ਦੇਣ ਵਾਲੇ ਉਹ ਇੰਨੇ ਗੰਭੀਰ ਜਾਪਦੇ ਨਹੀਂ, ਕਿਉਂਕਿ ਇਹ ਉਦੋਂ ਕੋਈ ਗੰਭੀਰ ਹੁੰਦੇ ਆ ਜਦੋਂ ਤਾਜ਼ਾ ਤਾਜ਼ਾ ਮਾਮਲਾ ਹੋਵੇ। ਜਿਵੇਂ ਸਰਬਜੀਤ ਦੇ ਮਾਮਲੇ 'ਚ ਅਸੀਂ ਵੇਖਿਆ ਸੀ ਕਿ ਜਿਹਦੇ ਜਹਾਜ਼ ਦੇ ਵਿੱਚ, ਜਿਹੜੇ ਜਹਾਜ਼ ਦੇ ਵਿੱਚ ਸਰਬਜੀਤ ਦੀ ਲਾਸ਼ ਲਿਆਉਣੀ ਸੀ, ਕਾਂਗਰਸੀ ਤੇ ਅਕਾਲੀ ਉਸ ਜਹਾਜ਼ ਦੇ ਵਿੱਚ ਚੜ੍ਹਨ ਤੋਂ ਲੜ ਪਏ ਸਨ, ਕਿਉਂਕਿ ਉਦੋਂ ਸਰਬਜੀਤ ਦੇ ਮਾਮਲੇ 'ਚ ਬੜੀ ਹਾਇਪ ਬਣੀ ਹੋਈ ਸੀ। ਇਸੇ ਤਰ੍ਹਾਂ ਹੀ ਕਰਦੇ ਜਦੋਂ ਕੋਈ ਜਵਾਨ ਹੈ ਜਿਹੜਾ ਕੁਰਬਾਨ ਹੁੰਦਾ ਤੇ ਉਹਦੇ ਪਿੰਡ ਦੇ ਵਿੱਚ ਜਦੋਂ ਸੰਸਕਾਰ ਹੁੰਦਾ, ਸਲਾਮੀ ਹੋਣੀ ਹੁੰਦੀ, ਫੋਟੋਆਂ ਲੱਗਣੀਆਂ ਹੁੰਦੀਆਂ, ਉਦੋਂ ਇੱਕ ਦੂਜੇ ਦੇ ਉੱਤੋਂ ਡਿੱਗਦੇ। ਪਰ ਜਦੋਂ ਉਹਦਾ ਪਰਿਵਾਰ ਮੁੜ ਕੇ ਬੁਰਕੀ ਬੁਰਕੀ ਲਈ ਮੁਹਤਾਜ ਹੁੰਦਾ, ਉਦੋਂ ਕੋਈ ਨਹੀਂ ਬਾਂਹ ਫੜਦਾ। ਇਹਨਾਂ ਦਾ ਹਾਲ ਇਹੋ ਜਿਹਾ ਸਿਆਸਤਦਾਨਾਂ ਦਾ ਕਿ ਇੱਕ ਇਸ ਉੜੀ ਹਮਲੇ ਦੇ ਵਿੱਚ ਹੀ ਇੱਕ ਫੌਜੀ ਹੈ ਜਿਹੜਾ ਉਹ ਮਾਰਿਆ ਗਿਆ। ਉਹ ਇੱਕ ਭਾਜਪਾ ਦਾ ਮੈਂਬਰ ਪਾਰਲੀਮੈਂਟ ਉਹਦੇ ਉੱਥੇ ਪਹੁੰਚ ਗਿਆ ਪਿੰਡ, ਉੱਥੇ ਇਕੱਠ ਦੇ ਵਿੱਚ ਦੱਸਦੇ ਆ ਉਹਨੇ ਲੋਕਾਂ ਤੋਂ 10-10 ਰੁਪਈਏ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਲਿਆਓ ਜੀ ਪੈਸੇ ਇਕੱਠੇ ਕਰੋ, ਪੈਸੇ ਇਕੱਠੇ ਕਰੋ, ਦਿਓ ਸਰਦਾ ਪੁੱਛਦਾ ਆਪਾਂ ਇਸ ਟੱਬਰ ਦੀ ਮਦਦ ਕਰੀਏ। ਜਦੋਂ ਉਸ ਫੌਜੀ ਦੀ ਪਤਨੀ ਨੂੰ ਪਤਾ ਲੱਗਿਆ ਕਿ ਇਹੋ ਜਿਹੇ ਗੁਲ ਖਿਲਾਉਂਦਾ ਪਿਆ, ਉਹਨੂੰ ਪੈ ਨਿਕਲੀ ਕਿ ਅਸੀਂ ਤੁਹਾਡੇ 10-10 ਰੁਪਈਆਂ ਦੇ ਮੁਹਤਾਜ ਨਹੀਂ ਆ, ਇੱਥੋਂ ਤੁਰਦੇ ਬਣੋ। ਤੇ ਦੱਸਦੇ ਉਹ ਮੈਂਬਰ ਪਾਰਲੀਮੈਂਟ ਉੱਥੋਂ ਭੱਜ ਗਿਆ ਤੇ ਜਾਂਦਾ ਹੋਇਆ ਜਿਹੜਾ ਪੈਸੇ ਇਕੱਠੇ ਕੀਤੇ ਸੀ ਉਹ ਚੋਰਾ ਵੀ ਨਾਲ ਲੈ ਗਿਆ। ਇਹ ਸਿਆਸਤਦਾਨਾਂ ਦਾ ਹਾਲ ਇਹ ਆ। ਪਰ ਜੋ ਪੰਜਾਬ ਦੇ ਵਿੱਚ 200-250 ਪਰਿਵਾਰ ਆ, ਇਹਦੀ ਬਾਂਹ ਫੜਨੀ ਚਾਹੀਦੀ, ਇਹਨਾਂ ਨੂੰ ਇਹਨਾਂ ਦੇ ਜਿਹੜੇ ਐਲਾਨੇ ਹੱਕ ਮਿਲਣੇ ਚਾਹੀਦੇ ਆ। ਪਰ ਅਫਸੋਸ ਦੀ ਗੱਲ ਹੈ, ਹੱਕ ਕੀ ਮਿਲਣੇ ਆ? ਸਾਡੇ ਇੱਥੋਂ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਮੁੱਖ ਮੰਤਰੀ ਆ, ਉਹ ਨਹੀਂ ਇਹਨਾਂ ਨੂੰ ਮਿਲਦੇ। ਸੋ ਇਹ ਜ਼ਰੂਰੀ ਹੈ ਕਿ ਇਹਨਾਂ ਦੀ ਬਾਂਹ ਫੜੀ ਜਾਵੇ, ਇਹਨਾਂ ਨੂੰ ਕਿਸੇ ਵੇਲੇ ਲਾਇਆ ਜਾਵੇ। 200-250 ਪਰਿਵਾਰ ਦੀ ਜੇ ਹੁਣ ਵੀ ਉਮੀਦ ਟੁੱਟ ਗਈ, ਆਹ ਜਿਹੜਾ 5 ਸਾਲ ਦਾ ਟਰਮ ਆ, ਜੇ ਇਹ ਵੀ ਇਸੇ ਤਰ੍ਹਾਂ ਸੁੱਕਾ ਲੰਘਿਆ ਤਾਂ ਮੇਰੇ ਖਿਆਲ ਦੇ ਨਾਲ ਇਹ ਬਹੁਤ ਵੱਡੀ ਜ਼ਿਆਦਤੀ ਹੋਏਗੀ ਇਹਨਾਂ ਫੌਜੀ ਪਰਿਵਾਰਾਂ ਨਾਲ। ਜੀ, ਅਤੇ ਅੱਗੇ ਆਪਾਂ ਪੰਜਾਬ ਦੇ ਵਿਕਾਸ ਦੀ ਗੱਲ ਕਰਦੇ ਕਿ ਪੰਜਾਬ ਦਾ ਵਿਕਾਸ ਬਹੁਤ ਹੋ ਗਿਆ ਆ। ਬੇਸ਼ੱਕ ਸਕੂਲਾਂ ਦੀਆਂ ਛੱਤਾਂ ਡਿੱਗ ਗਈਆਂ, ਸਕੂਲ ਵੀ ਨਹੀਂ ਰਹੇ, ਪਰ ਹੁਣ ਜਿਹੜਾ ਪੰਜਾਬ ਦਾ ਵਿਕਾਸ ਆ ਉਹ ਸਕੂਲ ਦੀਆਂ ਛੱਤਾਂ ਤੋਂ ਬੋਲੂਗਾ। ਇਹਨਾਂ ਦੇ ਸਿੱਖਿਆ ਵਿਭਾਗ ਨੇ ਇੱਕ ਲੈਟਰ ਕੱਢ ਦਿੱਤਾ ਹੈ, ਉਹਦੇ ਵਿੱਚ ਸੰਬੰਧਿਤ ਸਕੂਲਾਂ ਨੂੰ ਜਿਹੜੇ ਜਿਹੜੇ ਆਉਂਦੇ ਆ ਜ਼ਿਲ੍ਹਾ ਸਿੱਖਿਆ ਅਫਸਰ ਦੇ ਅਧੀਨ ਆਉਂਦੇ ਸਰਕਾਰੀ ਸਕੂਲ, ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਤੁਹਾਡੇ ਸਕੂਲਾਂ ਦੇ ਵਿੱਚ ਉਹ ਜਗ੍ਹਾ ਕਿਹੜੀ ਕਿਹੜੀ ਹੈ ਜਿੱਥੇ ਸਰਕਾਰ ਦੀਆਂ ਪ੍ਰਾਪਤੀਆਂ ਵਾਲੇ ਬੈਨਰ ਲਾਏ ਜਾ ਸਕਦੇ ਜਾਂ ਫਲੈਕਸ ਬੋਰਡ ਲਾਏ ਜਾ ਸਕਦੇ ਆ। ਹੁਣ ਦੇਖੋ, ਇਹ ਬਹੁਤ ਕਹਿ ਲਈਏ ਕਿ ਜਿਵੇਂ ਅੱਤ ਦਰਜੇ ਦੀ ਜਿਹੜੀ ਘਟੀਆ ਰਾਜਨੀਤੀ ਹੈ ਕਿ ਸਕੂਲ ਵੀ ਹੁਣ ਇਸੇ ਤਰ੍ਹਾਂ ਦੀ ਸਿਆਸਤ ਦਾ ਅਖਾੜਾ ਬਣ ਜਾਣਗੇ ਕਿ ਉੱਥੇ ਫਲੈਕਸ ਲਾ ਦਿੱਤੇ, ਉੱਥੇ ਬੈਨਰ ਲਾ ਦਿੱਤੇ। ਕੱਲ੍ਹ ਨੂੰ ਕੋਈ ਸਰਪੰਚ ਦੀ ਚੋਣ ਲੜੇਗਾ, ਉਹਨੇ ਕਹਿ ਦੇਣਾ ਮੇਰੀ ਪਾਰਟੀ ਦੇ ਵੀ ਲੱਗੇ, ਬਾਦਲ ਸਾਹਿਬ ਦੇ ਵੀ ਲੱਗੇ ਆ, ਮੈਂ ਵੀ ਇੱਥੇ ਝੰਡਾ ਚੜਾ ਦਿਆਂ। ਸੋ ਉੱਥੇ ਸਕੂਲ ਹੈ ਜਿਹੜਾ, ਫਿਰ ਵੈਸੇ ਵੀ ਪਹਿਲਾਂ ਵੀ ਸਾਡੇ ਇਹੋ ਜਿਹੇ ਹਾਲ ਆ ਕਿ ਸਕੂਲਾਂ ਦੇ ਵਿੱਚ ਜਦੋਂ, ਕਿਉਂਕਿ ਸਾਡੇ ਇੱਥੇ PL ਨਹੀਂ ਹੈ, ਚੌਂਕੀਦਾਰ ਨਹੀਂ ਹੈ, ਜਿਹਦੇ ਪਸ਼ੂ ਮਾੜੇ ਜਿਹੇ ਭੁੱਖੇ ਹੁੰਦੇ, ਪੱਠਾ ਦੱਠਾ ਨਹੀਂ ਆਉਂਦਾ, ਉਹ ਧੱਕ ਕੇ ਸਕੂਲ 'ਚ ਵਾੜ ਦਿੰਦਾ ਕਿ ਚੱਲ ਹੋਰ ਨਹੀਂ ਤੇ ਫੁੱਲ ਬੂਟੇ 'ਚ ਆਰਿਆ। ਸੋ ਇਹੋ ਜਿਹਾ ਹਾਲ ਸਾਡੇ ਸਕੂਲਾਂ ਦਾ ਬਣਿਆ ਪਿਆ। ਪਰ ਇਸ ਬਦਹਾਲ ਸਕੂਲ ਵਿਵਸਥਾ ਨੂੰ ਹੁਣ ਰਾਜਨੀਤੀ ਹੈ ਜਿਹੜੀ, ਉਹ ਆਪਣੇ ਕਲਾ ਵਿੱਚ ਪੂਰੀ ਤਰ੍ਹਾਂ ਲੈ ਰਹੀ ਹੈ। ਇਸ ਤੋਂ ਪਹਿਲਾਂ ਵੀ ਇੱਕ ਵਾਰੀ ਇਹਨਾਂ ਨੇ ਇਹੋ ਜਿਹਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਮਾਸਟਰਾਂ ਨੂੰ ਕਿਹਾ ਸੀ ਕਿ ਤੁਸੀਂ ਸਾਰੇ ਕੰਮ ਛੱਡ ਦੇਣੇ ਆ, ਇੱਕੋ ਇੱਕ ਕੰਮ ਕਰਨਾ ਜਿਹੜਾ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਘਰ ਘਰ 'ਚ ਜਾਣਾ, ਉੱਥੇ ਹਰੇਕ ਬੰਦੇ ਨੂੰ ਜੇ ਤੁਹਾਡੀ ਗੱਲ ਨਹੀਂ ਵੀ ਸੁਣਦਾ ਨੂੰ ਗੁੱਟੋਂ ਫੜ ਲੈਣਾ, ਗੁੱਟੋਂ ਫੜ ਕੇ ਖੜਾ ਕੇ ਕਹਿਣਾ ਕਿ ਆਹ ਸੁਣ ਸਾਡੀ ਸਰਕਾਰ ਦੀਆਂ ਪ੍ਰਾਪਤੀਆਂ। ਤੇ ਤੁਸੀਂ ਉਹ ਜਿਵੇਂ ਆਪਣੇ ਰਾਜਸਥਾਨ 'ਚ ਆਉਂਦੇ ਹੁੰਦੇ ਸਰੰਗੀ ਜੀ ਵਜਾਉਣ ਵਾਲੇ ਕਿ ਭਾਵੇਂ ਕੋਈ ਸੁਣੇ ਜਾਂ ਨਾ ਸੁਣੇ, ਤੁਸੀਂ ਆਪਣੀ ਸਰੰਗੀ ਹੈ ਜਿਹੜੀ ਵਜਾਉਂਦੇ ਰਹਿਣਾ। ਸੋ ਉਦੋਂ ਬੜਾ ਵਿਰੋਧ ਹੋਇਆ ਸੀਗਾ ਇਸ ਹੁਕਮ ਦਾ, ਤੇ ਉਹ ਹੁਕਮ ਫਿਰ ਵਾਪਸ ਲੈਣਾ ਪਿਆ ਸੀ ਇਹਨਾਂ ਨੂੰ ਚੁੱਪ ਚਪੀਤੇ। ਪਰ ਇਹ ਹੁਕਮ ਹੈ ਜਿਹੜਾ ਚੜਿਆ, ਇਹ ਵੀ ਚੁੱਪ ਚਪੀਤੇ ਗਿਆ, ਪਰ ਹੋ ਸਕਦਾ ਕਿ ਪ੍ਰਵਾਨ ਚੜ ਜਾਵੇ, ਕਿਉਂਕਿ ਇਹ ਇੰਨਾ ਚਰਚਾ ਦੇ ਵਿੱਚ ਨਹੀਂ ਆਇਆ। ਜੇ ਇਹ ਪ੍ਰਵਾਨ ਚੜ ਗਿਆ ਤੇ ਫਿਰ ਸਾਨੂੰ ਸੋਚ ਲੈਣਾ ਚਾਹੀਦਾ ਹੈ ਕਿ ਜਿਹੜੀਆਂ ਸਾਡੀਆਂ ਹੱਡਾ ਰੋੜੀਆਂ ਬਚ ਗਈਆਂ ਜਾਂ ਜਿਹੜਾ ਮੁਰਦੇ ਘੱਟ ਬਚ ਗਏ ਆ, ਉਹਨਾਂ ਦੇ ਉੱਤੇ ਵੀ ਇਹੋ ਜਿਹੇ ਫਲੈਕਸ ਆ ਜਾਂ ਇਹੋ ਜਿਹੇ ਬੈਨਰ ਆ ਸਾਨੂੰ ਜਲਦੀ ਝੁਲਦੇ ਨਜ਼ਰ ਆਉਣਗੇ। ਕਿਉਂਕਿ ਜਿਵੇਂ ਜਿਵੇਂ ਚੋਣਾਂ ਨੇੜੇ ਆਈਆਂ, ਜਿਹੜੀਆਂ ਹੁਣ ਵਿਰੋਧੀ ਪਾਰਟੀਆਂ ਉਹਨਾਂ ਨੂੰ ਸਕੂਲ 'ਚ ਤੇ ਥਾਂ ਮਿਲਣੀ ਨਹੀਂ, ਸਰਕਾਰੀ ਅਦਾਰਿਆਂ 'ਚ ਤੇ ਥਾਂ ਮਿਲਣੀ ਨਹੀਂ, ਪਰ ਜਿਹੜੀਆਂ
ਪਿੰਡੋਂ ਬਾਹਰ ਇਹੋ ਜਿਹੀਆਂ ਜਗ੍ਹਾ ਹੋਈਆਂ ਉਹ ਕੰਮ ਆ ਜਾਇਆ ਕਰਨਗੀਆਂ। ਪਰ ਸਭ ਤੋਂ ਜ਼ਿਆਦਾ ਨਖਿੱਧ ਗੱਲ ਇਹ ਹੈ ਕਿ ਹੁਣ ਗੁਰਦੁਆਰੇ ਵੀ ਇਸ ਰੰਗ 'ਚ ਰੰਗੇ ਜਾ ਰਹੇ ਆ। ਸਾਡੇ ਇੱਥੇ ਲਾਗੇ ਇੱਕ ਪਿੰਡ ਆ, ਉੱਥੇ ਗੁਰਦੁਆਰੇ ਇੱਕ ਬਹੁਤ ਵੱਡਾ ਬੈਨਰ ਚਾੜ ਦਿੱਤਾ ਗਿਆ ਕਿ ਰਾਜ ਨਹੀਂ ਸੇਵਾ। ਬਾਅਦ 'ਚ ਜਦੋਂ ਲੋਕਾਂ ਨੇ ਇਤਰਾਜ਼ ਕੀਤਾ ਤੇ ਉਹ ਸੇਵਾ ਵਾਲਾ ਜਿਹੜਾ ਬੋਰਡ ਸੀ ਉਹਦੀ ਸੇਵਾ ਕਰਕੇ ਥੱਲੇ ਲਾਇਆ ਗਿਆ। ਪਰ ਇਹ ਜੋ ਹੋ ਰਿਹਾ ਇਹ ਚੰਗਾ ਨਹੀਂ ਹੋ ਰਿਹਾ, ਕਿਉਂਕਿ ਜੋ ਕੰਮ ਕਰਨ ਵਾਲੇ ਉਹ ਤੇ ਹੋ ਨਹੀਂ ਰਹੇ। ਕਿਤੇ ਯਾਦਗਾਰਾਂ ਬਣਦੀਆਂ ਪਈਆਂ, ਕਿਤੇ ਬੇਰੁਜ਼ਗਾਰਾਂ ਨੂੰ ਕਿਹਾ ਜਾਂਦਾ ਕਿ ਤੀਰਥ ਯਾਤਰਾ ਤੇ ਚਲੇ ਜਾਓ, ਕਿਤੇ ਇਹ ਕੀਤਾ ਜਾ ਰਿਹਾ ਕਿ ਜੀ ਤੁਹਾਨੂੰ ਭਾਂਡੇ ਦੇਵਾਂਗੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਸਾਡੇ ਲੋਕਾਂ ਨੂੰ ਇਹ ਲੋਕਾਂ ਨੂੰ ਜਿੰਨਾ ਚਿਰ ਨਕਾਰਨੀਆਂ ਨਹੀਂ ਆਉਂਦੀਆਂ, ਨਕਾਰ ਕੇ ਇਹਨਾਂ ਨੂੰ ਹੱਕਾਂ ਦੀ ਗੱਲ ਨਹੀਂ ਕਰਨੀ ਆਉਂਦੀ, ਇਹਨਾਂ ਨੂੰ ਸਾਰਥਕ ਸਿਆਸਤ ਦੀ ਗੱਲ ਕਰਨੀ ਨਹੀਂ ਆਉਂਦੀ ਮੇਰੇ ਖਿਆਲ ਦੇ ਨਾਲ, ਉਦੋਂ ਤੱਕ ਇਹ ਬੀਨਾ ਇਸੇ ਤਰ੍ਹਾਂ ਵੱਜਦੀਆਂ ਰਹਿਣਗੀਆਂ। ਅਜੀ ਤੇ ਮੇਰਾ ਆਖਰੀ ਸਵਾਲ ਆ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਚਾਨਕ ਬਿਮਾਰ? ਸਰਕਾਰ ਪ੍ਰਕਾਸ਼ ਸਿੰਘ ਬਾਦਲ ਅੱਜ ਥੋੜਾ ਜਿਹਾ ਤਿਲਮੱਠ ਹੋ ਗਏ ਆ ਤੇ ਉਹ ਦੱਸਿਆ ਕਿ ਉਹਨਾਂ ਦੇ ਜਿਹੜੇ ਸਾਰੇ ਪ੍ਰੋਗਰਾਮ ਸੀ ਉਹ ਰੱਦ ਕਰ ਦਿੱਤੇ ਗਏ ਆ। ਸਲਾਹ ਡਾਕਟਰਾਂ ਵੱਲੋਂ ਇਹ ਦਿੱਤੀ ਗਈ ਹੈ ਕਿ ਆਰਾਮ ਕਰੋ ਤੇ ਸਵੇਰੇ ਹੁਣ PGI ਦੇ ਵਿੱਚ ਜਾ ਰਹੇ ਆ ਜਿੱਥੇ ਉਹਨਾਂ ਦਾ ਚੈੱਕਅਪ ਹੋਏਗਾ, ਪਤਾ ਲੱਗੇਗਾ ਕਿ ਕਿੰਨੇ ਕੁ ਦਿਨਾਂ ਲਈ ਉਹਨਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਵੈਸੇ ਇਸ ਮੇਰੇ ਖਿਆਲ ਦੇ ਨਾਲ ਅੱਜ ਲਾ ਲਈਏ ਕਿ ਇਸੇ ਸਾਲ ਦੇ ਵਿੱਚ ਵਿੱਚ ਦੂਜੀ ਤੀਜੀ ਵਾਰੀ ਹੋ ਗਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ, ਪਰ ਉਹਨਾਂ ਦੀ ਸਿਹਤ ਦਾ ਜੇ ਲਾਈਏ ਤੇ ਹੁਣ ਉਮਰ ਦਾ ਤਕਾਜ਼ਾ ਇਹ ਕਹਿੰਦਾ ਹੈ ਕਿ ਉਹਨਾਂ ਦਾ ਜਿਹੜਾ ਕੰਮ ਕਾਰ ਹੈ ਜੋ ਬਹੁਤ ਜ਼ਿਆਦਾ ਸਖਤ ਹੈ ਤਾਂ ਉਹਦੇ ਮੁਕਾਬਲੇ ਜਿਹੜੀ ਉਮਰ ਹੈ ਗਾਲਿਬਨ ਉਹ ਸਾਥ ਨਹੀਂ ਦੇ ਰਹੀ, ਉਹਨਾਂ ਦੀ ਸਿਹਤ ਹੈ ਜਿਹੜੀ ਉਹ ਢਿੱਲੀ ਰਹਿਣ ਲੱਗ ਪਈ ਹੈ। ਇਸ ਕਰਕੇ ਹੁਣ ਉਹਨਾਂ ਨੂੰ ਇਸ ਮਾਮਲੇ ਵੱਲ ਵੀ ਦੇਖਣਾ ਪਵੇਗਾ, ਸੋਚਣਾ ਪਵੇਗਾ ਕਿ ਕੀ ਇਹ ਜਿਹੜੀ ਮੇਰੀ ਸਿਆਸਤ ਦੀ ਪਾਰੀ ਹੈ ਇਹ ਅੱਗੇ ਤੋਰੀ ਜਾਵੇ ਜਾਂ ਇੱਥੇ ਹੀ ਡਿਕਲੇਅਰ, ਜਿਵੇਂ ਬੈਟਸਮੈਨ ਹੁੰਦਾ ਜਦੋਂ ਥੱਕ ਜਾਵੇ ਤੇ ਉਹ ਕਹਿ ਦਿੰਦੇ ਰਿਟਾਇਰ ਹਟ ਹੋਣਾ ਇਹਨਾਂ ਨੇ ਕਿ ਅੱਗੇ ਜਾਣਾ, ਉਹ ਇਹਨਾਂ ਨੂੰ ਫੈਸਲਾ ਲੈਣਾ ਪਵੇਗਾ। ਪਰ ਸਾਡੇ ਭਾਰਤ ਦੀ ਰਾਜਨੀਤੀ ਹੈ, ਇੱਥੇ ਵੀਲ ਚੇਅਰ ਤੇ ਬੈਠੇ ਵੀ ਮੁੱਖ ਮੰਤਰੀ ਲੋਕ ਕਰੀ ਗਏ ਆ। ਜੀ 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 ਬਿਲਕੁਲ, ਵੈਸੇ ਇੱਕ ਹੱਦ ਮਿਥੀ ਹੋਈ ਆ ਜੋਬ ਕਰਨੇ ਦੀ, ਪਰ ਇਸ ਚੀਜ਼ ਲਈ ਕੋਈ ਹੱਦ ਨਹੀਂ। ਬਹੁਤ ਬਹੁਤ ਧੰਨਵਾਦ ਮਿੰਟੂ ਜੀ। ਸ਼ੁਕਰੀਆ। ਆਤਾ ਜੀ, ਇਹ ਸਨ ਮਿੰਟੂ ਗੁਰਸੂਰੀਆ ਜੋ ਸਾਡੇ ਨਾਲ ਸਵੇਰ ਨੂੰ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।